ਪਸੰਦ ਨਹੀਂ ਹੈ ਅਗਰ ਤੁਹਾਡੇ ਹੱਥ ਅੱਜ ਰੁਕਦੇ ਉਹਦੀ ਮਹਿਮਾ ਕਰਨ ਲਈ ਇਹ ਬੰਧਨ ਨੂੰ ਤੋੜੀਏ ਅਗਰ ਤੁਹਾਡੀ ਜ਼ੁਬਾਨ ਰੁਕਦੀ ਉਹਦੀ ਮਹਿਮਾ ਕਰਨ ਲਈ ਉਹਨੂੰ ਤੋੜੀਏ ਕਿ ਪ੍ਰਭੂ ਮੇਰੀ ਜ਼ੁਬਾਨ ਤੇਰੀ ਮਹਿਮਾ ਦੇ ਲਈ ਖੁੱਲੇ ਕਿਉਂਕਿ ਖੁਦਾ ਦੀ ਮਹਿਮਾ ਜਦੋਂ ਤੁਸੀਂ ਕਰੋਗੇ ਆਟੋਮੈਟਿਕ ਤੁਹਾਡੇ ਬੰਧਨ ਟੁੱਟ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੇਰੇ ਬੰਧਨ ਕਿੱਦਾਂ ਟੁੱਟ ਗਏ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੁਹਾਡੀ ਬਿਮਾਰੀ ਕਿੱਥੇ ਚੱਲ ਗਈ ਹੈ ਜਦੋਂ ਤੁਸੀਂ ਖੋਜੋਗੇ ਵਰਸ਼ੀ ਦੇ ਵਿੱਚ ਜਦ ਤੁਸੀਂ ਖਾਲੀ ਵਰਸ਼ੀ ਨੂੰ ਦੇਖੋਗੇ ਤੇ ਦੇਖਣ ਵਾਲੇ ਹੀ ਰਹੋਗੇ ਜਦ ਤੁਸੀਂ ਵਰਸ਼ਿਪ ਨੂੰ ਕਰਨ ਵਾਲੇ ਹੋਵੋਗੇ ਤੇ ਵਰਸ਼ਿਪ ਨੂੰ ਕਰਨ ਵਾਲੇ ਹੋਵੋਗੇ ਆਪਾਂ ਜਿਹੜੀ ਵਰਸ਼ਿਪ ਹੈ ਉਹ ਰੂਹ ਦੇ ਨਾਲ ਕਰਨੀ ਹੈ ਰੂਹ ਦੇ ਨਾਲ ਭਰ ਕੇ ਕਰਨੀ ਹੈ ਜਦੋਂ ਰੂਹ ਦੇ ਨਾਲ ਤੁਸੀਂ ਭਰੇ ਹੋਵੋਗੇ ਅਗਰ ਤੁਸੀਂ ਰੂਹ ਦੇ ਨਾਲ ਨਹੀਂ ਭਰ ਰਹੇ ਇਸ ਸਮੇਂ ਤਾਂ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਰੂਹ ਦੇ ਨਾਲ ਕਿਉਂ ਨਹੀਂ ਭਰ ਰਹੇ ਆਪਣੀ ਅੱਖਾਂ ਬੰਦ ਕਰੀਏ ਇਸ ਸਮੇਂ
ਯਹੋਵਾ ਪਰਮੇਸ਼ਰ ਬੋਲੀਏ ਕਿ ਜੋ ਤੁਹਾਡੇ ਬੰਧਨਾਂ ਨੂੰ ਤੋੜ ਸਕੇ ਸਮੇਂ ਹਰ ਇੱਕ ਜੀਵਨ ਦੇ ਵਿੱਚ ਕੋਈ ਨਾ ਕੋਈ ਬੰਧਨ ਹੁੰਦਾ ਹੈ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ ਕਿਉਂਕਿ ਯਿਸੂ ਮਸੀਹ ਦੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਹੈ ਜੇ ਤੁਸੀਂ ਦਿਲ ਤੋਂ ਆਰਾਧਨਾ ਕਰੋਗੇ ਤਾਂ ਸਾਰੇ ਬੰਧਨ ਟੁੱਟਣਗੇ ਇਸ ਸਮੇਂ ਚਾਹੁੰਦੇ ਆ ਤੁਸੀਂ ਤੁਹਾਡੇ ਬੰਧਨ ਟੁੱਟਣ ਮੈਂ ਚਾਹੁੰਦਾ ਕਿ ਮੇਰੇ ਜੀਵਨ 'ਚ ਕੋਈ ਵੀ ਇਸ ਸਮੇਂ ਬੰਧਨ ਹੈ ਮੇਰੇ ਪ੍ਰਭੂ ਮੇਰਾ ਟੁੱਟ ਜਾਵੇ ਬੋਲੀਏਗਾ ਤੁਹਾਡੇ ਜੀਵਨ 'ਚ ਕੋਈ ਬੰਧਨ ਹੈ ਤੁਹਾਡੀ ਫੈਮਿਲੀ ਵਿੱਚ ਕੋਈ ਬੰਧਨ ਹੈ ਤੁਹਾਡੇ ਘਰਾਣੇ ਦੇ ਵਿੱਚ ਕੋਈ ਬੰਧਨ ਹੈ ਤੁਹਾਡੇ ਪਿਛਲੇ ਘਰਾਣੇ 'ਤੇ ਕੋਈ ਬੰਧਨ ਹੈ ਪਿਛਲੇ ਸਰਾਪ ਹੈ ਕੋਈ ਮੇਰੇ ਪ੍ਰਭੂ ਅੱਜ ਸਾਡੇ ਘਰਾਣਿਆਂ ਦੇ ਸਰਾਪ ਟੁੱਟ ਜਾਣ ਅੱਜ ਸਾਡੇ ਫੈਮਿਲੀ ਦੇ ਬੰਧਨ ਟੁੱਟ ਜਾਣ ਜੋ ਤੈਨੂੰ ਕਬੂਲ ਨਹੀਂ ਕਰਦੇ ਪ੍ਰਭੂ ਅੱਜ ਵਰਸ਼ਿਪ ਦੇ ਦੌਰਾਨ ਟੁੱਟ ਜਾਣ ਮੇਰੇ ਪਰਮੇਸ਼ਰ ਹੌਲੀ ਸਪਿਰਿਟ ਪਵਿੱਤਰ ਆਤਮਾ ਧੰਨਵਾਦ 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 ਓ ਰਾਜਾ 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 ਪਵਿੱਤਰ ਆਤਮਾ ਆਓ ਮੇਰੇ ਪਵਿੱਤਰ ਖੁਦਾਵੰਦ ਪ੍ਰਭੂ ਯਿਸੂ ਇਨਸਾਨ ਨਹੀਂ ਤੋੜ ਸਕਦਾ ਸਾਡੀ ਆਵਾਜ਼ ਨਹੀਂ ਤੋੜ ਸਕਦੀ ਮੇਰੇ ਪਰਮੇਸ਼ਰ ਤੁਹਾਡੀ ਆਰਾਧਨਾ ਸਾਰੇ ਬੰਦਰਾਂ ਨੂੰ ਤੋੜ ਦਿੰਦੀ ਹੈ ਲਾਰਡ ਜੀਸਸ ਹਾਲੇਲੂਇਆ ਓ ਮੇਰੇ ਪਰਮੇਸ਼ਰ ਬਿਮਾਰੀ ਦੇ ਸਰਾਪ ਨੂੰ ਬਿਮਾਰੀ ਦੀ ਕਮਜ਼ੋਰੀ ਨੂੰ ਯਿਸੂ ਦੇ ਸਾਮਰਥੀ ਨਾਲ ਮੈਂ ਤੋੜ ਦਿੰਦਾ ਆਪਣੀ ਮੂੰਹ ਨੂੰ ਖੋਲ੍ਹਿਆ ਕਿ ਪ੍ਰਭੂ ਮੇਰੇ ਘਰਾਣੇ ਦੇ ਬੰਦਰ ਹੈ ਮੇਰੀ ਬਿਮਾਰੀ ਦੇ ਬੰਦਰ ਹੈ ਮੇਰੀ ਸ਼ੂਗਰ ਡਾਇਬਟੀ ਹੈ ਮੇਰੇ ਪਰਮੇਸ਼ਰ ਮੇਰਾ ਬਲੱਡ ਪ੍ਰੈਸ਼ਰ ਹੈ ਉਹ ਮੇਰੇ ਪਰਮੇਸ਼ਰ ਮੇਰੇ ਬੰਦਰਾਂ ਨੂੰ ਤੋੜ ਦੇ ਮੇਰੀ ਕਲੀਸਿਆ ਦੇ ਵਿੱਚ ਬੰਦਰ ਹੈ ਮੇਰੇ ਪਰਮੇਸ਼ਰ ਤੋੜ ਦੇ ਮੇਰੇ ਪਰਮੇਸ਼ਰ ਮੈਂ ਤੇਰੀ ਆਰਾਧਨਾ ਨਹੀਂ ਕਰ ਸਕਦੀ ਮੇਰੇ ਪੁੱਤਰਾਂ ਨੂੰ ਤੋੜ ਦੇ ਮੇਰੇ ਪਰਮੇਸ਼ਰ ਮੈਂ ਗਾ ਨਹੀਂ ਸਕਦੀ ਮੇਰੇ ਬੰਦਰਾਂ ਨੂੰ ਤੋੜ ਦੇ ਮੈਂ ਹੱਥਾਂ ਦਾ ਦਾੜੀ ਨਹੀਂ ਬਜਾ ਸਕਦੀ ਮੇਰੇ ਹੱਥਾਂ ਦੇ ਪੁੱਤਰਾਂ ਨੂੰ ਤੋੜ ਦੇ ਮੇਰੇ ਪਰਮੇਸ਼ਰ ਯਿਸੂ ਤੇਰੀ ਆਰਾਧਨਾ ਉਹ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਯਿਸੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੰਧਨ ਟੁੱਟਣ ਜੇਕਰ ਚਾਹੁੰਦੇ ਤਾਂ ਆਪਣੇ ਹੱਥਾਂ ਨੂੰ ਹਿਲਾਈਏ ਮੈਂ ਚਾਹੁੰਦਾ ਕਿ ਅੱਜ ਮੇਰੇ ਬੰਧਨ ਟੁੱਟਣ ਮੈਂ ਆਪਣੀ ਆਪ ਨੂੰ ਕਹਿੰਦਾ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਕਹਿੰਦਾ ਕਿ ਅਗਰ ਅੱਜ ਮੇਰੇ ਜੀਵਨ 'ਚ ਕੋਈ ਨਾ ਕੋਈ ਬੰਧਨ ਹੈ ਮੇਰੇ ਪਰਮੇਸ਼ਰ ਟੁੱਟ ਜਾਵੇ ਆਪਣੇ ਹੱਥਾਂ ਨੂੰ ਹਿਲਾਈਏ ਕਿ ਪ੍ਰਭੂ ਜੀ ਮੇਰੇ ਪਰਿਵਾਰ ਘਰਾਣੇ ਦੇ ਮੇਰੇ ਬੰਧਨ ਟੁੱਟ ਜਾਣ ਮੇਰੀ ਫੈਮਿਲੀ ਦੇ ਟੁੱਟ ਜਾਣ ਬਿਮਾਰੀ ਦਾ ਸਰਾਪ ਟੁੱਟ ਜਾਣ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਇੱਕ ਕੰਮ ਕਰਦਾ ਇਨਸਾਨ ਜਦੋਂ ਕੰਮ ਕਰਦਾ ਤਾਂ ਉਹਨੂੰ ਉਹਦਾ ਮਿਹਨਤ ਮਿਲਦੀ ਹੈ ਉਹਦੀ ਮਜ਼ਦੂਰੀ ਮਿਲਦੀ ਹੈ ਦੁਨੀਆਂ ਦੇ ਤੌਰ ਤੇ ਇਸੇ ਤਰ੍ਹਾਂ ਵਰਸ਼ਿਪ ਹੈ ਅਗਰ ਤੁਸੀਂ ਵਰਸ਼ਿਪ ਦੇ ਵਿੱਚ ਮਿਹਨਤ ਕਰੋਗੇ ਪਰਮੇਸ਼ਰ ਲਈ ਤਾੜੀ ਮਾਰੋਗੇ ਪਰਮੇਸ਼ਰ ਲਈ ਗਾਓਗੇ ਪਰਮੇਸ਼ਰ ਲਈ ਖੜੇ ਹੋਵੋਗੇ ਇਹਦਾ ਅਸਰ ਤੁਸੀਂ ਪਾਓਗੇ ਇਸੇ ਸਮੇਂ ਇਸੇ ਘੜੀ ਯਿਸੂ ਤੇਰੀ ਆਰਾਧਨਾ ਸਾਰੇ ਬੰਦਨਾਂ ਨੂੰ ਤੋੜ ਦੇ ਜੋ ਕਰੇ ਦੇ ਰੂਹ ਸੱਚੇ ਆਈ ਨਾਲ ਬੰਦੇਗੀ ਜੋ ਕਰੇ
शरण विच आ गई हां, मैं तेरी हजूरी दे विच आ गई हां। पवित्र आत्मा मनुष्य, पवित्र आत्मा मैनू टच कर, होली स्पिरिट प्रभु जी मैनू भर दे पवित्र आत्मा। बोलिए 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 पवित्र आत्मा मैनू अपने रूह से भर दे। हालेलुया, मैं हूं तेरी शरण च आया, मेरी बड़ी परा आत्मा दे विच मगनी मैं होके गावा नित सारा। मैं हूं तेरी शरण च आया, मेरी बड़ी परा सारे गए। मैं हूं तेरी शरण च आया, मेरी बड़ी परा आत्मा दे विच मगनी मैं होके गावा नित सारा। आत्मा दे विच मगनी मैं होके गावा नित सना। आत्मा दे विच मगन होके, आत्मा दे विच मगनी मैं होके गावा नित सना। आत्मा दे विच मगन होके, आत्मा दे विच मगनी मैं होके गावा नित सना। आत्मा दे विच मगन होके, आत्मा दे विच मगनी मैं होके गावा नित सना। आत्मा दे विच मगनी मैं होके गावा नित सना। मेरिया दुर्बल ताइया दे विच मदद करे तेरा छू। यीशु
ਮੇਰੇ ਪਰਮੇਸ਼ਰ ਜਿੰਨੀ ਵੀ ਅਸੀਂ ਆਰਾਧਨਾ ਕੀਤੀ ਤੇਰੀ ਵਰਸ਼ਿਪ ਕੀਤੀ ਹੈ ਮੇਰੇ ਪਰਮੇਸ਼ਰ, ਤੇਰੇ ਲੋਕਾਂ ਨੇ ਤੇਰੇ ਲਈ ਤਾੜੀ ਮਾਰੀ ਹੈ ਮੇਰੇ ਪਰਮੇਸ਼ਰ, ਤੇਰੇ ਲੋਕਾਂ ਨੇ ਤੇਰੇ ਲਈ ਆਪਣੇ ਤੇ ਪੈਰਾਂ ਤੇ ਖੜੇ ਹੋ ਕੇ ਪ੍ਰਭੂ ਤੇਰੀ ਆਰਾਧਨਾ ਕੀਤੀ ਹੈ ਪ੍ਰਭੂ ਜੀ। ਮੈਂ ਅੱਜ ਇਹਨਾਂ ਲਈ ਦੁਆ ਕਰਦਾ ਪ੍ਰਭੂ ਜੀ, ਇੱਕ ਤੇਰਾ ਛੋਟਾ ਜਿਹਾ ਬੱਚੇ ਹੋਣ ਦੇ ਨਾਂ ਤੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ, ਖੁਦਾਵੰਦ ਇਹਨਾਂ ਦੀ ਸਾਰੀਆਂ ਕਮੀਆਂ ਕਮਜ਼ੋਰੀਆਂ ਚੱਲ ਜਾਣ ਮੇਰੇ ਪਰਮੇਸ਼ਰ। ਖੁਦਾਵੰਦ ਤੁਹਾਡੀ ਆਤਮਾ ਦੇ ਦੁਆਰਾ ਮੈਂ ਪਰਮੇਸ਼ਰ ਇਹਨਾਂ ਨੂੰ ਬੋਲਦਾ ਮੇਰੇ ਪਰਮੇਸ਼ਰ, ਖੁਦਾਵੰਦ ਜਿਹਨਾਂ ਨੇ ਵਰਸ਼ਿਪ ਕੀਤੀ ਹੈ ਮੇਰੇ ਪਰਮੇਸ਼ਰ, ਇਹਨਾਂ ਦੀਆਂ ਸਾਰੀਆਂ ਕਮਜ਼ੋਰੀਆਂ ਜਾ ਚੁੱਕੀਆਂ ਯੇਸ਼ੂ ਦੇ ਨਾਮ ਵਿੱਚ, ਸਾਰੇ ਬੰਧਨ ਟੁੱਟ ਚੁੱਕੇ ਯੇਸ਼ੂ ਦੇ ਸਾਮਰਥ ਦੇ ਨਾਮ ਦੇ ਵਿੱਚ। ਉਹ ਮੇਰੇ ਪਰਮੇਸ਼ਰ ਤੇਰਾ ਧੰਨਵਾਦ ਕਰਦੇ, ਤੇਰਾ ਸ਼ੁਕਰ ਕਰਦੇ, ਤੇਰੀ ਵਡਿਆਈ ਕਰਦੇ ਮੇਰੇ ਪਰਮੇਸ਼ਰ। ਅੱਜ ਮੇਰਾ ਵਿਸ਼ਵਾਸ ਹੈ ਕੋਈ ਵੀ ਭੈਣ ਭਾਈ ਇਸ ਜਗ੍ਹਾ ਦੇ ਖਾਲੀ ਤੇ ਨਿਰਾਸ਼ ਨਹੀਂ ਜਾਵੇਗਾ ਮੇਰੇ ਪਰਮੇਸ਼ਰ, ਬਲਕਿ ਚੋਲੀਆਂ ਭਰ ਕੇ ਜਾਓਗੇ ਪਰਮੇਸ਼ਰ। ਖੁਦਾਵੰਦ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ, ਮੇਰਾ ਵਿਸ਼ਵਾਸ ਹੈ ਖੁਦਾਵੰਦ, ਜਿੱਥੇ ਦੋ ਜਾਂ ਤਿੰਨ ਤੇਰੇ ਨਾਮ ਜੀ ਇਕੱਠੇ ਹੁੰਦੇ ਆ ਤੂੰ ਉਹਨਾਂ ਦੇ ਵਿਚਕਾਰ ਦਾ ਮੇਰੇ ਵਿਸ਼ਵਾਸ ਹੈ ਮੇਰੇ ਪਰਮੇਸ਼ਰ, ਤੂੰ ਸਾਡੇ ਵਿਸ਼ਵਾਸ ਵਿਚਕਾਰ ਹੈ ਮੇਰੇ ਪਰਮੇਸ਼ਰ। ਅੱਜ ਤੂੰ ਸਾਨੂੰ ਬਲੈਸ ਕਰਤਾ ਮੇਰੇ ਪਰਮੇਸ਼ਰ, ਅੱਜ ਪ੍ਰਭੂ ਜੀ ਸਾਡੀ ਪ੍ਰਭੂ ਜੀ ਆਰਾਧਨਾ ਤੂੰ ਕਬੂਲ ਕਰ ਲਈ ਹੈ ਮੇਰੇ ਪਰਮੇਸ਼ਰ, ਜਿੱਦਾਂ ਤੇਰੇ ਤੇਰੀ ਦੂਤ ਤੇਰੀ ਆਰਾਧਨਾ ਤੇਰੀ ਵਰਸ਼ਿਪ ਕਰਦੇ ਮੇਰੇ ਪਰਮੇਸ਼ਰ, ਅਸੀਂ ਉਸ ਦਾ ਆਰਾਧਨਾ ਨਹੀਂ ਕਰ ਸਕਦੇ ਮੇਰੇ ਪਰਮੇਸ਼ਰ, ਅਸੀਂ ਇਨਸਾਨ ਹੋਣ ਦੇ ਨਾਤੇ ਖੁਦਾਵੰਦ ਜਿੰਨੀ ਵੀ ਤੇਰੀ ਆਰਾਧਨਾ ਕੀਤੀ ਪ੍ਰਭੂ ਜੀ ਸਾਡੀ ਆਰਾਧਨਾ ਨੂੰ ਕਬੂਲ ਕਰੀ ਮੇਰੇ ਪਰਮੇਸ਼ਰ, ਤੇਰੇ ਵਚਨ ਤੇ ਲਿਖਿਆ ਤੇਰੇ ਘਰ ਵਿੱਚ ਮਿਹਨਤ ਕੀਤੀ ਥੋਥੀ ਤੇ ਵਿਅਰਥ ਨਹੀਂ ਹੈ ਮੇਰੇ ਪਰਮੇਸ਼ਰ। ਹੋ ਮੇਰੇ ਪਰਮੇਸ਼ਰ ਅਸੀਂ ਇਹਦਾ ਅਜ਼ਰ ਪਾਵਾਂਗੇ ਮੇਰੇ ਪਰਮੇਸ਼ਰ, ਅੱਜ ਤੇਰੀ ਹਜ਼ੂਰੀ ਵਿੱਚ ਬੀਜਿਆ ਮੇਰੇ ਪਰਮੇਸ਼ਰ, ਇਹਦਾ ਸਵਰਗ ਵਿੱਚ ਅਜ਼ਰ ਜ਼ਰੂਰ ਵੱਡਾਂਗੇ ਮੇਰੇ ਪਰਮੇਸ਼ਰ। ਹੋ ਮੇਰੇ ਪਰਮੇਸ਼ਰ ਤੇਰਾ ਧੰਨਵਾਦ ਹੋ, ਤੇਰਾ ਧੰਨਵਾਦ ਹੋ, ਸਾਰਾ ਆਦਰ ਸਾਰੀ ਮਹਿਮਾ ਸਾਰੀ ਗਲੋਰੀ ਸਾਰਾ ਓਨਰ ਪ੍ਰਭੂ ਯੇਸ਼ੂ ਦੇ ਨਾਮ ਸਭ ਬੋਲੀਏ ਆਮੇਨ, ਜੋਰ ਨਾਲ ਤਾੜੀ ਮਾਰਾਂਗੇ ਪ੍ਰਭੂ ਯੇਸ਼ੂ ਦੇ ਨਾਮ। I to add to this, ਇਸ ਜਗ੍ਹਾ ਤੇ ਖੁਦਾ ਸਾਡੇ ਨਾਲ ਗੱਲ ਵੀ ਕਰਨ ਆਇਆ ਹੈ, and the Lord is here to talk with us tonight. ਤੁਹਾਡੇ ਕੋਲ ਇੱਕ ਦੀ ਜਗ੍ਹਾ ਦੋ ਮੋਬਾਈਲ ਹੋ ਸਕਦੇ ਹਨ, and maybe you've got not just one mobile but two. ਤੁਸੀਂ ਕਿਸੇ ਨਾਲ ਵੀ ਗੱਲ ਕਰਦੇ ਹੋ ਹਮੇਸ਼ਾ ਵਨ ਸਾਈਡ ਗੱਲ ਨਹੀਂ ਪੂਰੀ ਹੁੰਦੀ, you are always talking, it's never a one sided. ਜਦੋਂ ਤੁਸੀਂ ਬੋਲਦੇ ਹੋ ਤੇ ਤੁਸੀਂ ਇੰਤਜ਼ਾਰ ਕਰਦੇ ਹੋ ਕੋਈ ਦੂਸਰਾ ਵੀ ਅੱਗੇੋਂ ਗੱਲ ਕਰੇ, and when you are talking then you wait for the other person to say something, phir bhi gal complete hundi hai, and that is when your conversation is complete. Pehla assi khuda naal gallan kitiyan, first of all we talk with the Lord, par aaj di raat hun mera Yeshu tode naal gal karan ja raha hai, but tonight my Lord Jesus will talk to you, mere aziz bhaino se prabhu, my beloved brothers and sisters, aaj prabhu tode dimag naal gal karna nahi chahunda, and the Lord not only he wants to talk to your mind, tode kanna naal gal nahi karna chahunda, he doesn't want to talk to your ears, aaj mera Yeshu tode dil naal gal karna chahunda, but tonight my Lord Jesus want to talk to your hearts, isliye apne dil nu puri tarah parmeshwar de agge khol deo, for that reason open your heart fully to the Lord, taake odiyan jeevan dae gallan tode andar vas jaan, so that the living word can it be implanted in your heart, ਇਸ ਲਈ ਆਪਣੇ ਹੱਥਾਂ ਨੂੰ ਆਕਾਸ਼ ਦੀ ਵੱਲ ਉਠਾਓ, ਫॉर दैट रीजन लिफ्ट अप योर हैंड्स, ਔਰ ਸਿਰਫ ਇੱਕ ਲਾਈਨ ਅਸੀਂ ਰਿਪੀਟ ਕਰਨੀ ਹੈ, ਐਂਡ ਵੀ ਵਿਲ ਜਸਟ ਰਿਪੀਟ ਵਨ ਲਾਈਨ, ਪਵਿੱਤਰ ਆਤਮਾ ਨੂੰ ਇੱਕ ਵਾਰ ਫੇਰ ਕਹਿ ਦਈਏ, ਐਂਡ ਵੀ ਸੇ ਟੂ ਦ ਹੋਲੀ ਸਪਿਰਿਟ ਵਨ ਮੋਰ ਟਾਈਮ, ਮੈਨੂੰ ਮੇਰੇ ਯਿਸੂ ਦੇ ਕੋਲ ਲੈ ਚਲ, ਟੇਕ ਮੀ ਟੂ ਮਾਈ ਲਾਰਡ ਜੀਸਸ, ਬਹੁਤ ਸਾਰੇ ਚੇਲੇ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ, and many of the disciples did leave our Lord Jesus, 12 cheliyan nu Yesu masi ne keha tusi bhi jana chahunde ho ta ja sakde ho, and he said to his 12 disciples if you want to leave you can leave also, par Yesu masi nu Petrus ne agge is tarah jawab ditta, and Peter answered the Lord like this, prabhu ji assi kede kol jaiye, he says Lord where can we go, kyunki jeevan den waliyan gallan tere kol hai, because the living word is with you, aaj jeevan den waliyan gallan jede kol sanu milniyan han, and the living word that we are going to receive from, o pavitra atma de dwara milniyan han, and that is according to the Holy Spirit, aur pavitra atma nu eh gal kehni, and we say to the Holy Spirit, pakiru mere dil mein aa, paak rooh mere dil mein aa, paak rooh mere dil mein aa, paak rooh mere
स्वागत करे ताली बजाके। Welcome, welcome Holy Spirit, Jesus. Holy Spirit, we just welcome you tonight. So मेरे बारे तुहानू दसिया जा चुका है। You have heard about me. मेरा नाम पास्टर जसवीर लाडी, इंडिया पंजाब नू बिलोंग करता हूँ। My name is Pastor Jasvir Laddi. I come from India, from the Punjab. और मैं बिल्कुल शॉर्ट गवाही ਤੁਹਾਡੇ ਅੱਗੇ 10 ਕੇ ਅੱਗੇ ਵਧਣਾ ਚਾਹੁੰਦਾ ਹਾਂ ਐਂਡ ਆਈ ਜਸਟ ਵਾਂਟ ਟੂ ਸ਼ੇਅਰ ਵਿਦ ਯੂ ਜਸਟ ਅ ਸ਼ਾਰਟ ਟੈਸਟਮਨੀ ਮੈਂ ਪੰਜਾਬ ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਜੌਬ ਕਰਦਾ ਸੀ ਟੈਲੀਕਮਿਊਨੀਕੇਸ਼ਨ ਆਈ ਵਾਸ ਵਰਕਿੰਗ ਫॉर द ਗਵਰਨਮੈਂਟ ਇਨ ਟੈਲੀਕਮਿਊਨੀਕੇਸ਼ਨਸ ਇਨ ਇੰਡੀਆ ਸ਼ਾਦੀ ਹੋਈ ਡਾਕਟਰ ਨੇ ਕਿਹਾ ਤੁਹਾਡੀ ਵਾਈਫ ਕਦੀ ਮਾਂ ਨਹੀਂ ਬਣ ਸਕਦੀ ਐਂਡ ਵਨ ਆਈ ਗਾਟ ਮੈਰਿਡ ਦ ਡਾਕਟਰਸ ਟੋਲਡ ਮੀ ਮਾਈ ਵਾਈਫ ਦੈਟ ਸ਼ੀ ਵਿਲ ਨੈਵਰ ਬਿਕਮ ਅ ਮਦਰ ਪੇਟ ਵਿੱਚ ਟਿਊਮਰ ਆ ਆਪਰੇਸ਼ਨ ਕਰਕੇ ਟਿਊਮਰ ਕੱਢ ਸਕਦੇ ਆ ਲੇਕਿਨ ਇਹ ਮਾਂ ਨਹੀਂ ਬਣ ਸਕਦੀ We can up there is a tumor in her womb we can remove the tumor but she can never be a mother par jadon yeshu masih de charna de vich aaye bina operation bina medicine to yeshu masih ne tumor nu remove kar ditta but when we came to know jesus christ without any operation the tumor was removed and she was healed jo doctor kehnde si kadi maa nahi ban sakdi prabhu yeshu masih ne ek beti aur ek beta ditta and when the doctor said that she could never be a mother but the lord jesus christ blessed us with a little girl and a boy hallelujah hallelujah sab to vaddi gall hai ki ajj main ek pracharak de roop vich tuhade kol kyon ha the great thing is why have I come here being a pastor bible preacher ਬਾਈਬਲ ਵਿੱਚ ਅਕਸਰ ਪੜ੍ਹਦੇ ਹਾਂ ਕਿ ਮਰੀਮ ਤੇ ਮਾਰਥਾ ਦਾ ਭਰਾ ਯਿਸੂ ਮਸੀਹ ਨੇ ਜ਼ਿੰਦਾ ਕਰ ਦਿੱਤਾ ਐਂਡ ਵੀ ਰੀਡ ਇਨ ਦ ਗੋਸਪਲਸ ਦੈਟ ਦ ਲਾਰਡ ਜੀਸਸ ਕ੍ਰਾਈਸਟ ਰੇਜ਼ਡ ਅਪ ਲਾਜ਼ਰਸ ਹੂ ਵਾਸ ਬ੍ਰਦਰ ਟੂ ਮੈਰੀ ਐਂਡ ਮਾਰਥਾ ਜੈਰਸ ਦੀ ਬੇਟੀ ਨੂੰ ਜ਼ਿੰਦਾ ਕਰ ਦਿੱਤਾ ਵਿਧਵਾ ਦੇ ਬੇਟੇ ਨੂੰ ਜ਼ਿੰਦਾ ਕਰ ਦਿੱਤਾ ਐਂਡ ਹੀ ਰੇਜ਼ਡ ਅਪ ਜੈਰਸਿਸ ਡੋਟਰ ਐਂਡ ਦ ਸਨ ਆਫ ਦ ਵਿਡੋ ਇੱਕ ਘਟਨਾ ਨੇ ਮੇਰੀ ਲਾਈਫ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਐਂਡ ਇਨ ਦ ਮਾਈ ਲਾਈਫ ਵਾਸ ਚੇਂਜਡ ਇਨ ਐਨ ਇਨਸਟੈਂਟ ਹਸਪੀਟਲ ਦੇ ਵਿੱਚ ਮੇਰੀ ਬੇਟੀ ਦੀ ਡੈਥ ਹੋ ਗਈ ਸੀ ਐਂਡ ਮਾਈ ਡਾਟਰ ਡਾਈਡ ਇਨ ਦ ਹਸਪੀਟਲ ਡਾਕਟਰਾਂ ਨੇ ਡਿਕਲੇਅਰ ਕਰ ਦਿੱਤਾ ਸੀ ਕਿ ਤੁਹਾਡੀ ਬੇਟੀ ਮਰ ਚੁੱਕੀ ਹੈ ਐਂਡ ਦ ਡਾਕਟਰ ਸਰਟੀਫਾਈਡ ਹਰ ਐਂਡ ਸੈਡ ਸ਼ੀ ਇਜ਼ ਡੈਡ ਪਰ ਜਦੋਂ 20-25 ਭਾਈ ਭੈਣ ਹਸਪੀਟਲ ਦੇ ਵਿੱਚ ਕੰਟੀਨਿਊ ਪ੍ਰੇਅਰ ਕਰ ਰਹੇ ਸੀ ਐਂਡ ਵੈਨ 20-25 ਪੀਪਲ ਵਰ ਕੰਟੀਨਿਊਲੀ ਪ੍ਰੇਇੰਗ ਫॉर ਹਰ ਇਨ ਦ ਹਸਪੀਟਲ ਔਰ ਯਿਸੂ ਮਸੀਹ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਮਰਦਾ ਬੇਟੀ ਨੂੰ ਜ਼ਿੰਦਾ ਕਰ ਦਿੱਤਾ ਐਂਡ ਵੀ ਰਾਈਟ ਬਿਫੋਰ ਮਾਈ ਆਈਜ਼ The Lord Jesus Christ raised up my daughter. Amen. Amen. Hallelujah. Hallelujah. So ਅੱਜ ਉਸੇ ਪਲਾਨ ਦੇ ਤਹਿਤ ਪ੍ਰਭੂ ਯਿਸੂ ਮਸੀਹ ਮੈਨੂੰ ਤੁਹਾਡੇ ਵਿਚਕਾਰ ਲੈ ਕੇ ਆਇਆ ਹੈ। And according to the plan of the Lord Jesus Christ he has brought me here tonight. ਪਿਛਲੇ ਮੈਂ 28 ਤਰੀਕ ਤੋਂ ਯੂਕੇ ਦੀ ਧਰਤੀ ਦੇ ਉੱਤੇ ਹਾਂ। And from the last 28th of the last month I have been here in the UK aur jadon main mainu UK de layi prabhu ne preraya aur visa parmeshwar ne ditta and when I got the visa from the lord to come here aur main prabhu de ke prarthna kar raha si prabhu tu england de vasiyan nu ki kehna chahunda and I was praying before the lord I was asking him lord what do you want me to say to the people of UK aur jehda message prabhu ne mainu ditta hai and the message that the lord has given me main last dinna to kafi charchan de vich preach de layi parmeshwar de fazal nal gaya ha and I have been preaching the same message around the other churches as well name name de vich bolla ja purane niyam cho bolla whether I speak from the old testament or the new testament jo parmeshwar da ikko hi message aa ohi fir to agge aunda hai and there is only one message from the lord aur pure england vasiyan de layi hai and that message is for the whole of england aur pure sansar de vasnikan de layi hai
and for everybody else as well in the world. ਕਿਰਪਾ ਕਰਕੇ ਅੱਜ ਦੇ ਵਚਨ ਨੂੰ ਪੂਰਾ ਧਿਆਨ ਨਾਲ ਸੁਣਨਾ ਹੈ. And please listen to the word of God very carefully. ਪ੍ਰਭੂ ਦਾ ਦਾਸ ਪੌਲਸ ਇਸ ਤਰ੍ਹਾਂ ਬੋਲਦਾ ਹੈ. And the apostle Paul spoke like this. ਜਦੋਂ ਅਸੀਂ ਫਿਲਪੀਆ ਦੀ ਪੱਤਰੀ ਦੂਸਰਾ ਅਧਿਆਇ ਉਹਦਾ 12 ਵਰਸ ਪੜ੍ਹਦੇ ਹਾਂ. And when we look into 2 Philippians. ਉੱਥੇ ਪ੍ਰਭੂ ਦਾ ਦਾਸ ਪੌਲਸ ਕੀ ਸੰਦੇਸ਼ ਦਿੰਦਾ ਹੈ. And we see what the apostle Paul spoke here. ਉਹ ਕਹਿੰਦਾ ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ. He said with trembling work out your own salvation. ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ. With fear and trembling work out your salvation. ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਬੈਠੇ ਹਨ ਜਿਨ੍ਹਾਂ ਨੇ ਇਸ ਮੈਸੇਜ ਨੂੰ ਆਲਰੇਡੀ ਪਹਿਲਾਂ ਸੁਣਿਆ ਹੈ. And there are many here tonight who have heard this message before. ਜੇ ਤੁਸੀਂ ਨਹੀਂ ਸੁਣਿਆ ਤੇ ਪਾਸਟਰ ਜਸਵੀਰ ਲਾਡੀ ਦਾ ਨਾਮ YouTube ਤੇ ਲਿਖ ਕੇ ਤੁਸੀਂ ਉਸ ਮੈਸੇਜ ਨੂੰ ਫਿਰ ਤੋਂ ਸੁਣ ਸਕਦੇ ਹੋ. And if you not heard it before, you can go on YouTube, put in my name in there and you can listen to that message. ਤੁਹਾਨੂੰ ਉੱਥੇ ਲਿਖਿਆ ਹੋਇਆ ਵਚਨ ਮਿਲ ਜਾਊਗਾ. ਫਿਲਪੀਆ 2 ਅਧਿਆਇ ਉਹਦਾ 12 ਆਇਤ ਨੂੰ ਲਿਖਿਆ ਹੋਇਆ ਹੈ. And you can on YouTube you can have the written message there from Philippians 2. ਹੁਣ ਜਿਨ੍ਹਾਂ ਨੇ ਮੈਸੇਜ ਸੁਣਿਆ ਔਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਸੁਣਿਆ, ਅਸੀਂ ਅੱਗੇ ਲਈ ਕਦਮ ਵਿੱਚ ਜਾਵਾਂਗੇ. And for those who have not heard it, but also for those who have heard it, we will go further into this message. ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ. It says that work out your salvation. ਤੁਸੀਂ ਬਹੁਤ ਸਾਰਿਆਂ ਨੇ ਤੌਬਾ ਕੀਤੀ ਔਰ ਬਪਤਿਸਮਾ ਲੈ ਲਿਆ ਹੈ. Many of you have repented and have been baptized. ਔਰ ਬਹੁਤ ਸਾਰਿਆਂ ਨੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਕੇ ਚਰਚ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ. And many of you have believed on the Lord Jesus and have begun to go to church. ਔਰ ਬਹੁਤ ਸਾਰੇ ਪ੍ਰਾਰਥਨਾ ਔਰ ਵਰਸ਼ਿਪ ਵੀ ਕਰਦੇ ਹਨ. And many pray and worship. ਪਰ ਮੁੱਖ ਪਰਮੇਸ਼ਵਰ ਦਾ ਏਜੰਡਾ ਤੁਹਾਡੇ ਲਈ ਕੀ ਹੈ? ਪਰਮੇਸ਼ਵਰ ਦਾ ਪ੍ਰਮੁੱਖ ਤੌਰ ਤੇ ਤੁਹਾਡੇ ਲਈ ਯੋਜਨਾ ਕੀ ਹੈ? But what is the plan of God for you? Oh, ਇਹੀ ਹੈ ਕਿ ਤੁਸੀਂ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ. It is this that you work out your salvation and you fulfill it. ਔਰ ਜਦੋਂ ਅਸੀਂ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ ਹੈ, and when we fulfill this salvation, ਮੈਂ ਸ਼ਾਰਟਲੀ ਦੱਸਣਾ ਚਾਹੁੰਦਾ ਕਿ ਮੁਕਤੀ ਦਾ ਕੰਮ ਕੀ ਹੈ. I want to tell you what is the work of the salvation. ਮੁਕਤੀ ਕੇਵਲ ਇਹ ਨਹੀਂ ਹੈ ਕਿ ਅਸੀਂ ਤੌਬਾ ਕਰ ਲਈ ਹੈ, ਬਪਤਿਸਮਾ ਲੈ ਲਿਆ ਤੇ ਸਾਨੂੰ ਮੁਕਤੀ ਮਿਲ ਗਈ ਹੈ. That salvation is not just repentance and being baptized. ਔਰ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਸਾਨੂੰ ਦੱਸਿਆ ਗਿਆ ਉਹਦੇ ਉੱਤੇ ਸਾਨੂੰ ਵਰਕ ਕਰਨਾ ਪੈਣਾ ਹੈ. And it is written in the Bible that we have to work out our own salvation. ਤੁਹਾਡੇ ਵਿੱਚੋਂ ਕਿੰਨੇ ਆ ਜਿਹੜੇ ਜੌਬ ਕਰਨ ਵਾਲੇ ਆ? How many of you have a job? ਕੀ ਤੁਸੀਂ ਆਪਣਾ ਸੋਹਣਾ ਹੱਥ ਦਿਖਾ ਸਕਦੇ ਹੋ? Can you show us your lovely hand? Amen. Hallelujah. ਕੀ ਤੁਸੀਂ ਜਦੋਂ ਤੁਹਾਨੂੰ ਜੌਬ ਮਿਲ ਗਈ ਉਸ ਤੋਂ ਬਾਅਦ ਤੁਸੀਂ ਫ੍ਰੀ ਘਰੇ ਬੈਠ ਗਏ? When you have a job, is it not that you've got a job, you can sit at home and do nothing? ਕੀ ਤੁਸੀਂ ਆਰਾਮ ਨਾਲ ਘਰੇ ਬੈਠ ਕੇ ਕਿਉਂਕਿ ਤੁਹਾਨੂੰ ਜੌਬ ਮਿਲ ਚੁੱਕੀ ਹੈ? Can you relax at home now that you've got a job? ਜਾਂ ਤੁਹਾਨੂੰ ਉਹਦੇ ਤੇ ਵਰਕ ਕਰਨਾ ਪੈਣਾ ਹੈ? Or do you have to work at it? ਤੁਸੀਂ ਇੰਨਾ ਵਰਕ ਕਰ ਰਹੇ ਹੋ ਕਿ ਚਰਚ ਵੀ ਤੁਹਾਡੇ ਤੋਂ ਛੁੱਟ ਜਾਂਦਾ ਹੈ? And you work so hard that you even forget to go to church. Yes or no? Yes. ਇਹਦਾ ਮਤਲਬ ਇਸੇ ਤਰ੍ਹਾਂ ਸਾਨੂੰ ਮੁਕਤੀ ਦੇ ਲਈ ਵੀ ਕੰਮ ਕਰਨਾ ਪੈਣਾ ਹੈ. And in the same way we have to work out our own salvation. Amen. Amen. Hallelujah. Hallelujah. ਮੁਕਤੀ ਦਾ ਕੰਮ ਕੀ ਹੈ? What is the work of salvation? ਮੁਕਤੀ ਦਾ ਕੰਮ ਹੈ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਸੰਪੂਰਨ ਹੋਣਾ. It is to be filled to be made perfect in the Lord. ਮੁਕਤੀ ਦਾ ਕੰਮ ਇਹ ਹੈ ਕਿ ਅਸੀਂ ਫਿਰ ਤੋਂ ਪਰਮੇਸ਼ਵਰ ਦਾ ਮੰਦਰ ਬਣਨਾ. And we are to become the temple of the Holy Spirit. ਜੋ ਕਿ ਪਰਮੇਸ਼ਵਰ ਹੱਥਾਂ ਦੇ ਬਣਾਇਆ ਹੋਇਆ ਮੰਦਰਾਂ ਵਿੱਚ ਨਹੀਂ ਰਹਿੰਦਾ. Because God does not dwell in temples made with hands. ਉਹ ਸਾਡੇ ਅੰਦਰ ਰਹਿਣਾ ਚਾਹੁੰਦਾ ਹੈ. He wants to dwell in our hearts. But ਉਹ ਜਦੋਂ ਸਾਡੇ ਅੰਦਰ ਤਦੋਂ ਹੀ ਸਾਡੇ ਅੰਦਰ ਰਹੇਗਾ. But he will only stay in your heart. ਔਰ ਜਦੋਂ ਸੱਚੀ ਉਹਦਾ ਅਸੀਂ ਪਵਿੱਤਰ ਮੰਦਰ ਬਣ ਗਏ. When we are truly become his holy temple. Amen. Amen. ਔਰ ਪਵਿੱਤਰ ਮੰਦਰ ਬਣਨ ਦੇ ਲਈ
for to become the temple. ਸਾਨੂੰ ਰੋਜ਼ਮਰਾ ਦੀ ਜ਼ਿੰਦਗੀ 'ਚ ਹਰ ਰੋਜ਼ ਯਤਨ ਕਰਨਾ ਪੈਣਾ ਹੈ. And we have to move forward in our daily life. ਮੇਰੇ ਜੀਸੋ ਪਹਿਲਾ ਪਰਮੇਸ਼ਵਰ ਜਦੋਂ ਪਹਿਲਾ ਮਨੁੱਖ ਜਦੋਂ ਪਰਮੇਸ਼ਵਰ ਨੇ ਬਣਾਇਆ. My beloved, when God made the first man. ਔਰ ਪਰਮੇਸ਼ਵਰ ਨੇ ਕਿਹਾ ਆਓ ਮਨੁੱਖ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਈਏ. And the Lord said, let us make man in our own image. ਉਹ ਆਪਣੇ ਸਰੂਪ ਤੇ ਆਪਣੇ ਵਰਗਾ ਕੀ ਸੀ? What was the image of God? Jo Parmeshwar de swarup te Parmeshwar de varga manukh si. That what God made was the man in his own image. Oh manukh Parmeshwar de swarup aur Parmeshwar de varga nahi reha. But man did not stay like God wanted him to. Paap de karke oh Parmeshwar de varga nahi reha. Because of sin he did not stay like God. ਆਮੀਨ ਆਮੀਨ. ਹੁਣ ਅਸੀਂ ਯਤਨ ਕਰਨਾ ਹੈ. ਐਂਡ ਵੀ ਆਰ ਟੂ ਟ੍ਰਾਈ ਕਿ ਜਿਹੜੀਆਂ ਚੀਜ਼ਾਂ ਸਾਡੇ ਤੋਂ ਸਾਡੇ ਵਿੱਚੋਂ ਨਿਕਲ ਗਈਆਂ ਸੀ. ਐਂਡ ਦ ਥਿੰਗਸ ਦੈਟ ਹੈਵ ਲੈਫਟ ਅਸ ਉਹ ਫਿਰ ਤੋਂ ਸਾਡੇ ਅੰਦਰ ਆ ਜਾਣ. ਦੈਟ ਦੇ ਸ਼ੁਡ ਕਮ ਬੈਕ ਇਨਟੂ ਅਸ. ਇਹ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ ਹੈ. ਐਂਡ ਦਿਸ ਇਜ਼ ਟੂ ਪਰਫੈਕਟ ਦੈਟ ਸਲਵੇਸ਼ਨ. ਤੁਸੀਂ ਕਹੋਗੇ ਕਿ ਫਿਰ ਯਿਸੂ ਮਸੀਹ ਦੀ ਜਾਨ ਦੇਣ ਦਾ ਮਤਲਬ ਕੀ ਹੋਇਆ? And then you could ask what was the reason why Jesus gave his life. Yeshu Masih ne jaan is karke ditti hai. And the Lord Jesus Christ gave his life for this reason. Taake jehde paapan to aur sarapan to assi azad nahi ho sakde unna to azad hoiye. And from that we can be saved from sin and from the curses. Aur Yeshu Masih ne ek kar ditta. And that is what Jesus did. ਉਸ ਤੋਂ ਬਾਅਦ ਜਦੋਂ ਯਿਸੂ ਮਸੀਹ ਨੇ ਸਾਡੇ ਪਾਪਾਂ ਨੂੰ ਸਾਡੇ ਸਰਾਪਾਂ ਨੂੰ ਸਾਡੇ ਵਿੱਚੋਂ ਮਾਫ ਕਰ ਦਿੱਤਾ, ਖਤਮ ਕਰ ਦਿੱਤਾ. And after when the Lord Jesus Christ he finished the sin and the separators from the curses, finished the curses in our lives. ਉਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਆਤਮਾ ਨਾਲ ਆਪਣੇ ਆਪ ਨੂੰ ਭਰਨਾ ਹੈ. And after that we got filled with the Holy Spirit. ਔਰ ਆਪਣੇ ਆਪ ਨੂੰ ਪ੍ਰਤੀ ਦਿਨ ਅਸੀਂ ਪਰਮੇਸ਼ਵਰ ਦੇ ਮੰਦਰ ਦੇ ਵਿੱਚ ਤਬਦੀਲ ਕਰਦੇ ਜਾਣਾ ਹੈ. And we are to daily walk the holy life. Hallelujah. Hallelujah. Main dassna chahunda char cheezan manukh de andar chaliyan gaiyan. I want to tell you the four things have left mankind. Jehdiyan parmeshwar de vich si aur pehle manukh de vich si. The four things that is in God and the four things that was in Adam. Aur oh manukh de vichon alop ho gaiyan. And those things have left mankind. Unna nu apne andar lena hai. And we are to invite those things back into our life. Ede layi Yesu ne apni jaan de ditti. And for that reason the Lord Jesus. Aur ede layi sanu vi ede utte work karna pena hai. And we are to work hard at it. Amen. Amen. Jor di bolo hallelujah. Hallelujah. But afsos wali gal hai. But the sad thing is ke assi inna cheezan val dhyan nahi dinde. That we do not meditate on these things. Aur aise karke aaj di kalisiya keval entertainment kalisiya hoke reh gayi hai. And even the church nowadays likes to be entertained. Aaj di kalisiya keval sansar diyan zaruratan nu pura karan de layi hi church vich aa rahi hai. And the church nowadays is trying to fulfill what the world is doing out there. Dhyan naal suno. Listen carefully. Aaj di kalisiya today's church apne ghar nu bharan de layi khuda de ghar aa rahi hai. They want to fill their own homes and that is why they come to church. But Parmeshwar da plan mere aur tuhade liye ke tussi khuda da ghar ban jao. But the plan of the Lord Jesus Christ is that we become his house, his temple where he can dwell. Parmeshwar tuhanu apne pavitra atma naal bharna chahunda hai. The Lord wants to fill you with the Holy Spirit. Par assi is te dhyan nahi de rahe. But we do not meditate on this. Jor di bolo hallelujah. Hallelujah. Fir bolo hallelujah. Hallelujah. Oh char cheezan kehdiyan han? What are the four things? Parmeshwar zinda hai. That God is alive. Parmeshwar chanan hai. That God is light. Parmeshwar pratapi hai. God is glorious. Yes. Hallelujah. Hallelujah. Aur chauthi gall hai ke Parmeshwar ਨੰਬਰ 1 ਚਾਨਣ, ਨੰਬਰ 2 ਪ੍ਰਤਾਪ, ਔਰ ਨੰਬਰ 3 ਪਰਮੇਸ਼ਵਰ ਜ਼ਿੰਦਾ ਹੈ, ਔਰ ਨੰਬਰ 4 ਪਰਮੇਸ਼ਵਰ ਪਵਿੱਤਰ ਹੈ. The four things are God is holy. ਇਹ ਚਾਰੇ ਚੀਜ਼ਾਂ ਮਨੁੱਖ ਦੇ ਵਿੱਚ ਸੀ. The four things was in mankind. ਪਾਪ ਆ ਗਿਆ ਤੇ
ਪਵਿੱਤਰਤਾ ਹੀ ਚਲੀ ਗਈ sin came but holiness went ਮੌਤ ਆ ਗਈ ਤੇ ਲਾਈਫ ਦਾ ਜ਼ਿੰਦਾਪਨ ਨਿਕਲ ਗਿਆ death came and life went ਔਰ ਹਨੇਰਾ ਆ ਗਿਆ ਤੇ ਚਾਨਣ ਚਲਾ ਗਿਆ the light went but darkness came in ਔਰ ਪਰਮੇਸ਼ਵਰ ਦਾ ਪ੍ਰਤਾਪ ਵੀ ਚਲਾ ਗਿਆ And the glory of the Lord departed. ਇਹ ਚਾਰੇ ਚੀਜ਼ਾਂ ਰੱਬ ਸਾਡੇ ਵਿੱਚ ਭਰਨਾ ਚਾਹੁੰਦਾ ਹੈ. And these are the four things that God wants to figure out. ਔਰ ਇਹ ਹੈ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ. And this is the work of the salvation. Hallelujah. Hallelujah. ਔਰ ਜਿਹੜਾ ਇਸ ਦੇ ਉੱਤੇ ਆਪਣੇ ਕੰਮ ਨੂੰ ਕਰਦਾ ਹੈ And the ones that do this work ਉਹਦੇ ਲਈ ਬੜੀਆਂ ਮੁਸ਼ਕਲਾਂ ਆਉਣਗੀਆਂ ਲਾਈਫ ਦੇ ਵਿੱਚ For that person there will be many trials and tribulations Hallelujah Hallelujah ਸੋ ਪੂਰਾ ਧਿਆਨ ਲਾ ਕੇ ਪ੍ਰਭੂ ਦਾ ਵਚਨ ਸੁਣਨਾ ਹੈ So please listen very carefully ਅੱਜ ਦੀ ਕਲੀਸਿਆ ਬੜੀ ਕੰਫਰਟ ਜ਼ੋਨ ਕਲੀਸਿਆ ਬਣ ਚੁੱਕੀ ਹੈ The church of today is very comfortable sitting in a comfortable zone like ਇਸ ਤਰ੍ਹਾਂ ਦੀ ਕਲੀਸਿਆ ਬਣ ਗਈ ਜਿਵੇਂ ਛੱਤ ਦੇ ਹੇਠ ਲਗਾਏ ਹੋਏ ਪੇੜ ਜਾਂ ਪੌਦੇ ਹਨ It's like that the trees are grown under a roof. ਛੱਤ ਦੇ ਹੇਠ ਲਾਏ ਹੋਏ ਪੌਦੇ ਅੱਜ ਦੀ ਕਲੀਸਿਆ ਬਣ ਰਹੀ ਹੈ. And the church is like the trees that are growing underneath a roof. ਜਿਹੜੇ ਛੱਤ ਦੇ ਹੇਠ ਪੌਦੇ ਲਗਾਏ ਜਾਂਦੇ ਹਨ And the trees that are planted inside ਉਹਨਾਂ ਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ. They do not have much any strength in them. ਔਰ ਉਹ ਕਦੀ ਵੀ ਤਾਕਤਵਰ ਫਲ ਨਹੀਂ ਦੇ ਸਕਦੇ ਐਂਡ ਦੇ ਕੈਨ ਨੈਵਰ ਗਿਵ ਯੂ ਫਰੂਟ ਵਿਦ ਸਟਰੈਂਥ ਇਨ ਇਟ ਪਰ ਜਿਹੜੇ ਪੌਦੇ ਹਨ ਧੁੱਪ ਦੇ ਵਿੱਚ ਲੱਗੇ ਹੋਏ ਹੁੰਦੇ ਆ ਬਾਹਰ ਲੱਗੇ ਹੁੰਦੇ ਆ ਬਟ ਦ ਟ੍ਰੀਸ ਦੈਟ ਗਰੋਸ ਆਊਟਸਾਈਡ ਅੰਡਰ ਦ ਸਨ ਉਹਨਾਂ ਦੇ ਉੱਤੇ ਮੀਂਹ ਵੀ ਪੈਂਦਾ ਹੈ ਐਂਡ ਦ ਰੇਨ ਫਾਲਸ ਔਨ ਦੈਮ ਉਹਨਾਂ ਦੇ ਉੱਤੇ ਗਰਮੀ ਔਰ ਧੁੱਪ ਵੀ ਦਾ ਅਸਰ ਵੀ ਹੁੰਦਾ ਹੈ ਐਂਡ ਦ ਹੀਟ ਫਰਮ ਦ ਸਨ ਟੱਚਸ ਦੈਮ ਔਰ ਉਹਨਾਂ ਦੇ ਉੱਤੇ ਬਰਫ਼ ਤੇ ਕੋਲਾ ਵੀ ਪੈਂਦਾ ਹੈ ਐਂਡ ਸਨੋ ਆਲਸੋ ਐਂਡ What's the other word? Frost. Frost falls on it. ਔਰ ਸਾਰਾ ਕੁਝ ਉਹ ਚੱਲ ਲੈਂਦਾ ਦਰਖਤ But that tree bears everything. ਉਹੀ ਦਰਖਤ ਵਧੀਆ ਤੇ ਤਾਕਤਵਰ ਫਲ ਦਿੰਦਾ ਹੈ And that same tree gives beautiful fruit with strength in it. ਤੁਸੀਂ ਕਿਹੜੀ ਕਲੀਸਿਆ ਬਣਨਾ ਚਾਹੁੰਦੇ ਹੋ? What kind of a church do you ਛੱਤ ਦੇ ਹੇਠ ਲਗਾਏ ਹੋਏ ਪੌਦੇ Do you want to be the tree that grows inside? ਜਾ ਤਾਕਤਵਰ ਪੌਦੇ ਜਿਹੜੇ ਹਨੇਰੀ ਝੱਖੜ ਤੂਫਾਨ ਦੇ ਵਿੱਚ ਖੜੇ ਰਹਿੰਦੇ ਆ Or the trees that are outside and they can bear the storm and everything else. ਇੱਕ ਪ੍ਰਸ਼ਨ ਤੁਹਾਡੇ ਅੱਗੇ ਪੁੱਛਣਾ ਚਾਹੁੰਦਾ ਹਾਂ I want to ask you a question. ਤੁਹਾਡੀ ਕਿਹੜੀ ਗਵਾਹੀ ਪਰਮੇਸ਼ਵਰ ਦੇ ਘਰ ਦੇ ਵਿੱਚ ਚੱਲੂਗੀ What testimony will work in the house of God? ਪਰਮੇਸ਼ਵਰ ਨੇ ਤੁਹਾਨੂੰ ਮਹਿੰਗੀ ਗੱਡੀ ਦੇ ਦਿੱਤੀ God has given you an expensive house. ਪਰਮੇਸ਼ਰ ਨੇ ਤੁਹਾਨੂੰ ਬਹੁਤ ਜ਼ਿਆਦਾ ਕੀਮਤੀ ਘਰ ਦੇ ਦਿੱਤਾ। God has given you a very expensive house. ਔਰ ਪਰਮੇਸ਼ਰ ਨੇ ਤੁਹਾਨੂੰ ਬਹੁਤ ਅੱਛੀ ਜੌਬ ਨਾਲ ਬਲੈਸ ਕਰ ਦਿੱਤਾ। And God has blessed you with a beautiful job. ਔਰ ਪਰਮੇਸ਼ਰ ਨੇ ਤੁਹਾਨੂੰ ਅੱਛੇ ਬੱਚੇ ਔਰ ਅੱਛੀ ਪਤਨੀ ਜਾਂ ਪਤੀ ਦਿੱਤਾ ਹੈ। God has blessed you with children and a beautiful wife or a husband. ਔਰ ਇਹ ਇੱਕ ਗਵਾਹੀ ਹੈ ਸਾਡੀ। And this is a testimony. ਅਸੀਂ ਗਰੀਬ ਸੀ ਪਰਮੇਸ਼ਰ ਨੇ ਸਾਨੂੰ ਅਮੀਰ ਕਰ ਦਿੱਤਾ ਹੈ। We were poor but God made us rich. ਬੋਲੋ ਇਹ ਵੀ ਕੀ ਹੈ ਇੱਕ ਗਵਾਹੀ ਹੈ and this is also a testimony ਪਰ ਇਹ ਗਵਾਹੀਆਂ ਉੱਤੇ ਨਹੀਂ ਚੱਲਣੀਆਂ but these testimonies will not work up there ਜਿਹੜੇ ਕੇਵਲ ਇਹਨਾਂ ਗਵਾਹੀਆਂ ਨੂੰ ਲੈ ਕੇ ਆਪਣੀ ਜ਼ਿੰਦਗੀ ਜੀ ਰਹੇ ਹਨ and those people who are living because of this ਅੱਜ ਮੈਂ ਯਿਸੂ ਦੇ ਨਾਮ ਵਿੱਚ ਇਹਨਾਂ ਨੂੰ ਚੇਤਾਵਨੀ ਇਸ ਜਗ੍ਹਾ ਤੇ ਦਿੰਦਾ ਹਾਂ and I want to warn these people ਉਹਨਾਂ ਦੇ ਲਈ ਇੱਕ ਵਚਨ ਜ਼ਰੂਰ ਆਉਂਦਾ ਹੈ There is a word of God just for them. Oh, Luke chapter 16 adhyay de vich sanu milda hai. And is in the Luke chapter 16. Ek ameer aadmi si. There was a rich man. Jadon ohne Abraham de agge darkhast kiti. And when he put his petition before Abraham. Aur Abraham ne ohnu kya bachcha yaad kar. And he said remember. ਯਾਦ ਕਰ ਤੂੰ ਧਰਤੀ ਤੇ ਰਹਿੰਦਾ ਰਹਿੰਦਿਆਂ ਸਾਰੀਆਂ ਚੰਗੀਆਂ ਚੰਗੀਆਂ ਵਸਤਾਂ ਨੂੰ ਭੋਗ ਲਿਆ ਹੈ ਐਂਡ ਅਬਰਾਹਮ ਸੇਸ ਟੂ ਹਿਮ ਵਾਈਲ ਯੂ ਵਰ ਔਨ ਦੀ ਅਰਥ ਯੂ ਹੈਡ ਆਲ ਦ ਰਿਚੀਸ ਆਫ ਲਾਈਫ ਇਹ ਉਹਨਾਂ ਦੇ ਲਈ ਆ ਜਿਹੜੇ ਕੇਵਲ ਧਰਤੀ ਦੀਆਂ ਬਲੇਸਿੰਗਸ ਲੈ ਕੇ ਆਰਾਮ ਦੀ ਜ਼ਿੰਦਗੀ ਜੀ ਰਹੇ ਆ And these are those people who have got the blessings of God and they have got a comfortable, relaxed life. ਲੋਕ ਤੁਹਾਡੇ ਬ੍ਰੈਂਡਡ ਲਾਈਫ ਨੂੰ ਦੇਖ ਕੇ ਟੈਸਟਮਨੀ ਦੇਣਗੇ And people will look at you and they will give a testimony. ਤੁਹਾਡੇ ਹਾਈ ਫਾਈ ਜੀਵਨ ਨੂੰ ਦੇਖ ਕੇ ਲੋਕ ਤੁਹਾਡੇ ਤੇ ਬਲੇਸਿੰਗ ਬੋਲਣਗੇ।
And when you got a nice high five, people will say that that's a good testimony. ਪਰ ਇਹ ਕੋਈ ਗਰੰਟੀ ਨਹੀਂ ਕਿ ਉੱਤੇ ਤੁਹਾਡਾ ਸਵਾਗਤ ਕੀਤਾ ਜਾਵੇ. But this will not give you a guarantee to go to heaven. ਕਿਉਂਕਿ ਜਿੰਨੀਆਂ ਵੀ ਬਰਕਤਾਂ ਧਰਤੀ ਦੀਆਂ ਹਨ, but all this blessing that is of the earth, ਇਹ ਸਾਰੀਆਂ ਧਰਤੀ ਤੇ ਹੀ ਚੱਲਣ ਵਾਲੀਆਂ ਹਨ. And they will remain on the earth. ਕਿਹੜੀ ਗਵਾਹੀ ਉੱਤੇ ਲੈ ਕੇ ਜਾਓਗੇ? What testimony will you take with you? ਇੰਡੀਆ ਦੀ ਕਰੰਸੀ ਇੱਥੇ ਚੱਲਦੀ ਹੈ? Will the Indian currency rupee work in England? ਇੱਥੇ ਦੀ ਕਰੰਸੀ ਹੀ ਇੱਥੇ ਚੱਲਣੀ ਹੈ. Only the currency from this country, which is the pound, will work over here. ਔਰ ਸਵਰਗ ਦੀਆਂ ਗਵਾਹੀਆਂ ਹੀ ਸਵਰਗ ਵਿੱਚ ਚੱਲਣੀਆਂ. And the testimonies of heaven will work. ਧਰਤੀ ਦੀਆਂ ਗਵਾਹੀਆਂ ਸਵਰਗ ਵਿੱਚ ਨਹੀਂ ਚੱਲਣੀਆਂ. The testimonies of the earth will not work in heaven. ਆਪਣੀ ਜ਼ਿੰਦਗੀ ਤੇ ਗੌਰ ਕਰੋ ਅਜ਼ੀਜ਼ੋ. Look at your own life. ਤੁਸੀਂ ਕਿਹੜੀ ਗਵਾਹੀ ਨਾਲ ਪਰਮੇਸ਼ਵਰ ਦੇ ਕੋਲ ਜਾਓਗੇ? With what testimony will you go before the Lord? ਮੂਸਾ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ. I want to tell you about Moses. Came out of the rock. ਮੂਸਾ ਦੀ ਗਵਾਹੀ ਇਹ ਸੀ, ਜਦੋਂ ਉਹ ਸਮਝਦਾਰ ਹੋਇਆ ਉਹਨੇ ਫਿਰਾਉਨ ਦੀ ਧੀ ਦਾ ਪੁੱਤਰ ਹੋਣ ਦਾ ਇਨਕਾਰ ਕਰ ਦਿੱਤਾ. And this was a testimony of Moses when he did not want it to be the son of the Pharaoh's daughter. ਇਸ ਗਵਾਹੀ ਦੇ ਨਾਲ ਮੂਸਾ ਨੂੰ ਯਾਦ ਕੀਤਾ ਜਾਂਦਾ ਹੈ. And that is the reason why people remember him. ਉਹ ਇਜਿਪਟ ਦਾ, ਉਹ ਮਿਸਰ ਦਾ ਰਾਜਾ ਬਣਨ ਵਾਲਾ ਸੀ. He was just about to become the king of Egypt. ਪਰ ਉਹਨੇ ਵਿਚਾਰ ਕੀਤਾ, but ਉਹਨੇ ਸੋਚਿਆ, and he thought, ਮੈਂ ਵਚਨ ਨੂੰ ਪੜ੍ਹਨਾ ਚਾਹੁੰਦਾ ਤੁਹਾਡੇ ਅੱਗੇ. And I would like to read the word of God. Hebrew chapter 11 verse 24, 25 and 26. Hallelujah. ਇਬਰਾਨੀਆਂ ਦੀ ਪੱਤਰੀ ਉਸ ਦਾ 11ਵਾਂ ਬਾਬ ਉਹਦੀ 24 25 ਔਰ 26 ਆਇਤ ਨੂੰ ਮੈਂ ਪੜ੍ਹਦਾ ਹਾਂ। ਨੇਚਾ ਨਾਲ ਮੂਸਾ ਨੇ ਜਦ ਸਿਆਣਾ ਹੋਇਆ ਤਾਂ ਫਿਰਾਉਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ, ਕਿਉਂ ਜੋ ਉਹਦੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ, ਅਤੇ ਉਹਨੇ ਵਿਚਾਰ ਕੀਤਾ ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨੇ ਨਾਲੋਂ ਵੱਡਾ ਧਨ ਹੈ, ਕਿਉਂ ਜੋ ਫਲ ਵੱਲ ਉਹਦਾ ਧਿਆਨ ਸੀ। ਆਮੀਨ। ਇਹ ਆ ਮੂਸਾ ਦੀ ਗਵਾਹੀ। This is the testimony of Moses. ਜਦੋਂ ਉਹਨੂੰ ਸਮਝ ਆ ਗਈ, when he come to himself, ਉਹ ਇਹ ਰਾਜੇ ਦੀ ਧੀ ਦਾ ਪੁੱਤਰ ਹੋਣ ਤੋਂ ਇਨਕਾਰ ਕਰ ਦਿੱਤਾ, when he realizes he refused to be called the son of the Pharaoh's daughter, ਔਰ ਜਦੋਂ ਉਹਨੂੰ ਸਮਝ ਆ ਗਈ, and when he realized it, ਉਹਨੇ ਕਹਿੰਦਾ ਪਾਪ ਦੇ ਭੋਗ ਵਿਲਾਸ ਵਿੱਚ ਮੈਂ ਆਪਣੀ ਜ਼ਿੰਦਗੀ ਨੂੰ ਬਤੀਤ ਨਹੀਂ ਕਰਨਾ, and he said I will not live this life of sin, ਮੈਂ ਖੁਦਾ ਦੇ ਲੋਕਾਂ ਨਾਲ ਦੁੱਖ ਝੱਲਣ ਲਈ ਤਿਆਰ ਹਾਂ। He said, I am willing to suffer with God's people. This is a testimony. Abraham ne apna ghar khuda layi chhad ditta. Abraham left his house for the Lord. Oh, apne putr di qurbani den layi taiyar ho gaya. He was willing to sacrifice his son. Abraham di gawahi si. This was Abraham's testimony. Hallelujah. Hallelujah. Tusi kehdi gawahi naal upar jaoge? With what testimony will you go? Mere jo lain waliyan gawahiyan naal tusi upar nahi ja sakde. You cannot go to heaven with the blessings of this life. Tusi parmeshwar de naam de vich ki gawaya ya is gawahi naal upar jaoge. And what you have lost in for the Lord, that will be the testimony that you will take to heaven. Parmeshwar de naam ch ikatthe karna gawahi nahi gi. To gather in the name of the Lord is not a testimony. Parmeshwar de naam de karke tyag dena, luta dena, chhad dena gawahi. To leave something that is precious in your life, that for the Lord's sake, that is a testimony. Hallelujah. 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 ਅਯੂਬ ਪ੍ਰਭੂ ਦੇ ਦਾਸ ਦੀ ਗਵਾਹੀ ਕੀ ਹੈ? And what is the testimony of Job? ਉਹਦੀ ਇਹ ਗਵਾਹੀ ਨਹੀਂ ਹੈ ਕਿ ਖੁਦਾ ਨੇ ਉਹਨੂੰ ਪੂਰੀ ਤਰ੍ਹਾਂ ਧਰਤੀ ਤੇ ਬਲੈਸ ਕੀਤਾ ਸੀ। This was not his testimony that he was blessed. ਉਹ ਬਹੁਤ ਜ਼ਿਆਦਾ ਅਮੀਰ ਆਦਮੀ ਸੀ। That he was a very very wealthy man on the earth. ਅਸਲੀ ਉਹਦੀ ਗਵਾਹੀ ਇਹ ਆ ਕਿ ਜਦੋਂ ਸਭ ਕੁਝ ਉਹਦਾ ਲੁੱਟ ਪੁੱਟ ਗਿਆ ਫਿਰ ਵੀ ਕਹਿੰਦਾ ਪਰਮੇਸ਼ਵਰ ਨੇ ਦਿੱਤਾ, ਪਰਮੇਸ਼ਵਰ ਨੇ ਲੈ ਲਿਆ, ਉਹਦਾ ਨਾਮ ਮੁਬਾਰਕ। And this was Job's testimony that when everything was taken away from him, Job said, blessed is Lord, he gives and he takes it away. ਖੋ ਜਾਣ ਤੋਂ ਬਾਅਦ ਵੀ ਖੁਦਾ ਦੇ ਨਾਲ ਵਿਸ਼ਵਾਸ ਯੋਗਤਾ ਵਿੱਚ ਬਣੇ ਰਹਿਣਾ ਇਹ ਗਵਾਹੀ ਹੈ। Even though he lost everything, that was his testimony that he still believed in God.
ਇਹ ਵਚਨ ਅੱਜ ਕਿਉਂ ਆ ਰਿਹਾ ਹੈ ਤੁਹਾਡੇ ਕੋਲ? Why has this word come to you today? ਜਦੋਂ ਜਦੋਂ ਅਸੀਂ ਪਰਮੇਸ਼ਵਰ ਦੇ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ ਹੈ, and when we are fulfilling our own salvation, working it out, udon sanu inna samasyaan da samna karna pena hai, and we are going to have to face these problems in us samay sanu eh sab kuch chhadna pena hai, and we are going to have to leave so much. ਹੋ ਸਕਦਾ ਤੁਹਾਨੂੰ ਧਨ ਵੀ ਛੱਡਣਾ ਪੈ ਜਾਵੇ, maybe you have to leave your riches. ਹੋ ਸਕਦਾ ਤੁਹਾਨੂੰ ਆਪਣਾ ਕੰਮ ਵੀ ਛੱਡਣਾ ਪੈ ਜਾਵੇ, maybe you have to leave your work. ਤੁਹਾਨੂੰ ਬਹੁਤ ਕੁਝ ਛੱਡਣਾ ਪੈਣਾ ਹੈ, you have to leave lot of things. ਜੇ ਤੁਸੀਂ ਆਪਣੀਆਂ ਹੀ ਆਦਤਾਂ ਵਿੱਚ ਜੀਵਨ ਬਤੀਤ ਕਰਦੇ ਹੋ, and if you are going to spend your life in your own habits, ਉਹ ਤੁਹਾਨੂੰ ਸਭ ਕੁਝ ਛੱਡਣਾ ਪੈਣਾ ਹੈ, you have to leave everything. ਮੁਕਤੀ ਦਾ ਕੰਮ ਪੂਰਾ ਕਰਨਾ ਹੈ, you are to work out your own salvation. ਬਾਈਬਲ ਦੇ ਵਿੱਚੋਂ ਹੋਰ ਵਚਨ ਪੜਾਂਗੇ, we will read from the word of God. ਧਿਆਨ ਨਾਲ ਸੁਣਨਾ ਹੈ, listen very carefully. ਜਦੋਂ ਅਸੀਂ ਰੈਵੀਲੇਸ਼ਨ ਪ੍ਰਕਾਸ਼ਿਤ ਵਾਕਿਆ ਪ੍ਰਕਾਸ਼ ਦੀ ਪੁਸਤਕ 7th chapter ਪੜ੍ਹਦੇ ਹਾਂ, when we read from the 7th chapter of the revelation, aur oda 9th vachan to main padhda ha, and I will read from verse 9. 9th vachan to leke 17th vachan tak tusi zarur enu padhyo. Please, when you go home, read from verse 9 to verse 17. likha ede magro main nigah kiti ki vekhda ha bhai harek qoum vicho te sabna gota ਉਮਤਾ ਭਾਖਿਆ ਵਿੱਚੋਂ ਇੱਕ ਵੱਡੀ ਭੀੜ ਜਿਹਦੀ ਗਿਣਤੀ ਕਿਸੇ ਕੋਲ ਨਹੀਂ ਹੁੰਦੀ ਸੀ, ਚਿੱਟੇ ਵਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ, ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, ਮੁਕਤੀ ਸਾਡੇ ਪਰਮੇਸ਼ਰ ਵੱਲੋਂ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ, ਅਤੇ ਲੇਲੇ ਵੱਲੋਂ ਸਾਰੇ ਦੂਤ ਸਿੰਘਾਸਨ ਦੇ ਅਤੇ ਬਜ਼ੁਰਗਾਂ ਦੇ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ, ਤਾਂ ਉਹ ਸਿੰਘਾਸਨ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਨੂੰ ਮੱਥਾ ਟੇਕਿਆ ਤੇ ਬੋਲੇ, ਆਮੀਨ, ਸਾਡੇ ਪਰਮੇਸ਼ਵਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰਥਾ ਅਤੇ ਸ਼ਕਤੀ ਯੁਗੋ ਯੁਗ ਹੋਵੇ। ਮੇਰੇ ਅਜ਼ੀਜ਼ੋ, ਇਹ ਪ੍ਰਭੂ ਦੇ ਦਾਸ ਨੇ ਇੱਕ ਦਰਸ਼ਨ ਦੇਖਿਆ। My beloved, the apostle of God, he saw this vision. ਜਦੋਂ ਯਹੋਨਾ ਨੂੰ ਪਰਮੇਸ਼ਵਰ ਨੇ ਪ੍ਰਕਾਸ਼ਨ ਦਿੱਤਾ, and when God gave Saint John this revelation, ਔਰ ਕੀ ਦੇਖ ਰਿਹਾ ਹੈ? What did he see? Lord, ਪਰਮੇਸ਼ਵਰ ਦੇ ਸਿੰਘਾਸਨ ਦੇ ਅੱਗੇ ਚਿੱਟੇ ਵਸਤਰ ਪਾ ਕੇ ਖੜੇ ਹੋਏ ਹਨ, and there were people, the elders standing before the throne of God, ਪਰਮੇਸ਼ਵਰ ਦੀ ਪ੍ਰਸਤੁਤੀ ਕਰ ਰਹੇ ਹਨ, and they are worshiping God. ਫਿਰ ਅੱਗੇ ਸਵਾਲ ਪੁੱਛਿਆ ਗਿਆ, and the question was asked, ਪਰਮੇਸ਼ਵਰ ਨੇ ਯਹੋਨਾ ਨਬੀ ਨੂੰ ਪੁੱਛਿਆ, ਇਹ ਕੌਣ ਹੈ ਤੂੰ ਜਾਣਦਾ ਹੈ? And the Lord asked John, do you know who this are? ਪਰ ਯਹੋਨਾ ਨੇ ਕਿਹਾ, ਪਰਮੇਸ਼ਵਰ ਤੁਸੀਂ ਜਾਣਦੇ ਹੋ ਕੌਣ ਹੈ। But John says to the Lord, Lord, only you know who they are. 14th ਵਚਨ ਨੂੰ ਹੁਣ ਧਿਆਨ ਨਾਲ ਸੁਣੋ, and verse 14, listen very carefully. ਉਸ ਜਗ੍ਹਾ ਤੇ ਕੀ ਲਿਖਿਆ ਹੈ? What is written there? ਪਰਮੇਸ਼ਵਰ ਨੇ ਯਹੋਨਾ ਨਬੀ ਨੂੰ ਇਹ ਆਖਿਆ, and the Lord says to John, ਇਹ ਉਹ ਲੋਕ ਹਨ, these are the people, ਜਿਹੜੇ ਵੱਡੀ ਵਿਪਤਾ ਵਿੱਚੋਂ ਆਉਂਦੇ ਹਨ, these are the ones that have gone through the great tribulation, ਇਹ ਉਹ ਲੋਕ ਹਨ, these are the people, ਜਿਹੜੇ ਵੱਡੀ ਵਿਪਤਾ ਦੇ ਵਿੱਚੋਂ ਲੰਘ ਕੇ ਆਉਂਦੇ ਹਨ, the ones that have gone through the great tribulation, ਜਿਨ੍ਹਾਂ ਨੇ ਆਪਣੇ ਵਸਤਰ ਪ੍ਰਭੂ ਯਸੂ ਦੇ ਲਹੂ ਨਾਲ ਧੋਤੇ ਹਨ, and those who have washed their robes in the blood of Jesus Christ, ਔਰ ਅੱਗੇ ਸਾਰੀ 15 16 ਔਰ 17 ਇਤ ਵਿੱਚ ਲਿਖਿਆ ਹੋਇਆ ਹੈ, and in verse 15 16 and 17, ਉਹ ਪਰਮੇਸ਼ਵਰ ਦੇ ਸਿੰਘਾਸਨ ਦੇ ਅੱਗੇ ਖੜੇ ਹੋਏ ਹਨ, they are standing before the throne of God, ਉਹਨਾਂ ਦੇ ਅੱਗੇ ਬਾਰੇ ਲਿਖਿਆ ਗਿਆ, ਉਹਨਾਂ ਨੂੰ ਨਾ ਭੁੱਖ ਲੱਗੇਗੀ ਨਾ ਪਿਆਸ ਲੱਗੇਗੀ, and it's written that they will not be hungry or thirsty anymore, ਉਹਨਾਂ ਨੂੰ ਨਾ ਕੋਈ ਧੁੱਪ ਲੱਗੇਗੀ ਨਾ ਕੋਈ ਲੂ ਲੱਗੇਗੀ, and the sun will not hurt them, ਕਿਉਂਕਿ ਪਰਮੇਸ਼ਵਰ ਖੁਦ ਉਹਨਾਂ ਦੇ ਨਾਲ ਹੋਊਗਾ, why because the Lord will be with them, ਉਹਦਾ ਪੁੱਤਰ ਯਿਸੂ ਮਸੀਹ ਉੱਥੇ ਉਹਨਾਂ ਨਾਲ ਹੋਊਗਾ, and the son of God will be there with them. ਤੁਸੀਂ ਇਹਨੂੰ ਘਰਾਂ 'ਚ ਜਾ ਕੇ ਪੜ ਸਕਦੇ ਹੋ, when you can go home and ਪਰ ਇੱਕ ਪ੍ਰਸ਼ਨ ਪੁੱਛਿਆ ਗਿਆ, ਇਹ ਕੌਣ ਲੋਕ ਆ ਜਿਹੜੇ ਸਿੰਘਾਸਨ ਦੇ ਅੱਗੇ ਖੜੇ ਆ? But the question is, who are these people that are standing before the throne of God? ਹੁਣ ਮੈਂ ਇਹਦੇ ਨਾਲ ਹੋਰ ਵਚਨ ਜੋੜਨਾ ਚਾਹੁੰਦਾ ਹਾਂ, and I want to add some more to this word. ਇੱਥੇ ਲਿਖਿਆ, ਇਹ ਉਹ ਹਨ ਜਿਹੜੇ ਵਿਪਤਾ ਚੱਲ ਕੇ ਆਉਂਦੇ ਆ, and these are the ones who have gone through the great, ਜਿਨ੍ਹਾਂ ਨੇ ਆਪਣੇ ਵਸਤਰ ਯਿਸੂ ਦੇ ਲਹੂ ਨਾਲ ਧੋ ਲਏ, those who have washed their robes in the blood of Jesus Christ. ਹੁਣ ਜਦੋਂ ਇਸ ਦੇ ਰੈਵੀਲੇਸ਼ਨ 20 ਦੇ ਵਿੱਚੋਂ ਪ੍ਰਕਾਸ਼ਿਤ ਵਾਕਿਆ
ਉਹਦਾ 20 ਅਧਿਆਇ ਪੜ੍ਹਦੇ ਹਾਂ and we look into revelation 20 ਉਥੇ ਚੌਥੇ ਵਚਨ ਤੋਂ ਲੈ ਕੇ ਅੱਗੇ ਤੱਕ ਪੜ੍ਹਦੇ ਹਾਂ and the verse from verse 4 ਇੱਥੇ ਇੱਕ ਹੋਰ ਦਰਸ਼ਨ ਦੇਖਿਆ ਗਿਆ ਯੋਹਨਾ ਵੱਲੋਂ and John saw another vision ਔਰ ਉਹ ਦਰਸ਼ਨ ਵਿੱਚ ਕੀ ਦੇਖਦਾ ਹੈ what did he see in this vision ਕਹਿੰਦਾ ਮੈਂ ਗੱਦੀਆਂ ਵੇਖੀਆਂ he said I saw thrones ਅੱਜ ਵੀ ਤੁਸੀਂ ਗੱਦੀਆਂ ਵਾਲੀਆਂ ਸੀਟਾਂ ਤੇ ਬੈਠੇ ਹੋ and you are sitting on these seats ਉੱਥੇ ਵੀ ਉਹਨੇ ਗੱਦੀਆਂ ਵੇਖੀਆਂ And he saw these thrones in heaven. ਕਹਿੰਦਾ ਉਹਨਾਂ ਦੇ ਉੱਤੇ ਨਿਆਂ ਕਰਨ ਵਾਲੇ ਬੈਠੇ ਹੋਏ ਸੀ. And sitting on them was the one who was going to do the judgment. ਔਰ ਪਰਮੇਸ਼ਰ ਨੇ ਉਹਨਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਸੀ. And God gave them the authority to judge. ਫਿਰ ਦੇਖਿਆ ਵੀ ਇਹ ਕੌਣ ਹਨ? And they said who is this? ਜਿਹੜੇ ਗੱਦੀਆਂ ਤੇ ਬੈਠੇ ਹਨ. The ones who are sitting on the throne. ਸਾਰੇ ਧਿਆਨ ਨਾਲ ਸੁਣ ਰਹੇ ਹੋ? Listen very carefully. ਪਹਿਲੇ ਕੌਣ ਦੇਖਿਆ? Who was first that he saw? ਜਿਹੜੇ ਪਰਮੇਸ਼ਵਰ ਦੇ ਸਿੰਘਾਸਨ ਦੇ ਅੱਗੇ ਖੜੇ ਆ the ones who are standing before the throne ਉਹ ਤੇ ਆਰਾਧਨਾ ਕਰ ਰਹੇ ਆ and they are worshiping god ਉਹ ਕੌਣ ਖੜੇ ਆ and who are they ਜਿਨ੍ਹਾਂ ਨੇ ਵਿਪਤਾ ਝੱਲ ਝੱਲ ਕੇ ਯਿਸੂ ਨੂੰ ਮਹਿਮਾ ਦਿੱਤੀ ਹੈ and those who have gone through the great tribulation and are worshiping them ਉਹਨੇ ਗੱਦੀਆਂ ਤੇ ਬੈਠੇ ਹੋਏ ਆ and now they are sitting on the throne ਇਹ ਗੱਦੀਆਂ ਉੱਤੇ ਕੌਣ ਬੈਠੇ ਹੋਏ ਆ and who are the ones sitting on ਕਹਿੰਦਾ ਮੈਂ ਇਦਾਂ ਦੇਖਿਆ ਹੈ he said I saw this ਇਹ ਉਹ ਹਨ ਜਿਨ੍ਹਾਂ ਨੇ ਖੁਦਾ ਦੇ ਕਲਾਮ ਲਈ ਖੁਦਾ ਦੀ ਗਵਾਹੀ ਦੇ ਲਈ ਆਪਣੇ ਸਿਰ ਕਲਮ ਕਰਾ ਦਿੱਤੇ ਆ and he said these are the ones who have given their lives for the word of god ਜਿਨ੍ਹਾਂ ਨੇ ਖੁਦਾ ਦੀ ਗਵਾਹੀ ਯਿਸੂ ਦੀ ਗਵਾਹੀ ਲਈ ਖੁਦਾ ਦੇ ਵਚਨ ਦੇ ਲਈ ਆਪਣੇ ਸਿਰ ਕਲਮ ਕਰਾ ਦਿੱਤੇ and those who had given their lives for the lord jesus christ and for his testimony ਉਹ ਗੱਦੀਆਂ ਤੇ ਬੈਠੇ ਆ they are sitting on ਉਹ ਨਿਆਂ ਕਰਨ ਲਈ ਬੈਠੇ ਆ and they are sitting there ਔਰ ਜਿਹੜੇ ਵੱਡੀਆਂ ਵਿਪਤਾ ਚੱਲ ਕੇ ਖੁਦਾ ਦੇ ਨਾਮ ਨੂੰ ਪੂਰਾ ਕਰਦੇ ਆ and those who have gone through the great tribulation and gone forward ਉਹ ਸਿੰਘਾਸਨ ਦੇ ਮੋਹਰੇ ਬੈਠੇ ਆ and they are sitting before the throne of god ਤੇ ਇੰਗਲੈਂਡ ਵਾਲਿਓ ਆਪਣਾ ਚੈੱਕ ਕਰੋ ਤੁਸੀਂ ਕਿੱਥੇ ਖੜੇ ਹੋ and you people of england check yourselves out where are you sitting ਇਹ ਉਹ ਆ ਜਿਨ੍ਹਾਂ ਨੇ ਖੁਦਾ ਲਈ ਕੁਝ ਦੇ ਦਿੱਤਾ ਹੈ and these are the ones who have given something ਇਹ ਉਹ ਆਪਣੀ ਗਵਾਹੀ ਨਾਲ ਖੜੇ ਆ ਜਿਨ੍ਹਾਂ ਨੇ ਵਿਪਤਾ ਨੂੰ ਚੱਲ ਲਿਆ ਉਹ ਵਿਪਤਾ ਹੀ ਉਹਨਾਂ ਦੀ ਗਵਾਹੀ ਆ and these are the one who's got the testimony that they have gone through ਜਿਨ੍ਹਾਂ ਨੇ ਆਪਣੇ ਸਿਰ ਕਲਮ ਕਰਾ ਦਿੱਤੇ ਉਹ ਆਪਣੀ ਇਸ ਗਵਾਹੀ ਨਾਲ ਖੜੇ ਆ and those who were beheaded for the testimony ਇਸ ਲਈ ਅੱਜ ਮੌਕਾ ਹੈ ਕਿ ਅਸੀਂ ਵੀ ਇਦਾਂ ਦੀਆਂ ਗਵਾਹੀਆਂ ਨੂੰ ਆਪਣੇ ਅੰਦਰ ਲੈ ਲਈਏ ਤਾਂ ਕਿ ਅਸੀਂ ਉੱਥੇ ਮੂੰਹ ਦਿਖਾ ਸਕੀਏ and we have the opportunity that we can do these things and have a testimony ਜਦੋਂ ਹਿਜਕੀਅਲ ਦੀ ਪੁਸਤਕ ਪੜ੍ਹਦੇ ਹਾਂ and when we read into the book of Hezekiah ਉਹਦੇ 14ਵੇਂ ਅਧਿਆਇ ਵਿੱਚ ਸਾਨੂੰ ਮਿਲਦਾ ਹੈ sorry 14ਵੇਂ ਅਧਿਆਇ chapter 14 ਉਹ ਜਗ੍ਹਾ ਤੇ ਨੂਹ ਦਾ ਦਾਨੀਅਲ ਦਾ ਨਾਮ ਆਉਂਦਾ ਹੈ and there we read the name of daniel there ayub ਦਾ ਨਾਮ ਆਉਂਦਾ ਹੈ job is mentioned there ਔਰ ਨੂਹ ਦਾ ਨਾਮ ਆਉਂਦਾ ਹੈ and noah is mentioned there ਉਹਨਾਂ ਨੂੰ ਖੁਦਾ ਬੜੀ ਆਦਰ ਨਾਲ ਯਾਦ ਕਰਦਾ ਹੈ and here we see that god honors these men ਕਹਿੰਦਾ ਉਸ ਧਰਤੀ ਦੇ ਉੱਤੇ ਜਿੱਥੇ ਪਾਪ ਹੀ ਪਾਪ ਆ and he said that the earth where there is nothing but sin ਜੇਕਰ ਉਹਨਾਂ ਪਰਿਵਾਰਾਂ ਦੇ ਵਿੱਚ ਨੂਹ ਦਾਨੀਅਲ ਤੇ ਅਯੂਬ ਹੋਣਗੇ ਔਰ ਇਫ ਡੈਨੀਅਲ ਜੋਬ ਐਂਡ ਨੋਆ ਇਜ਼ ਦੇ ਉਹ ਆਪਣੀ ਜਾਨ ਬਚਾ ਲੈਣਗੇ they can only save themselves ਬਾਕੀ ਲੋਕ ਨਹੀਂ ਬਚਣਗੇ but the rest will be perished ਐਦਾਂ ਦਾ ਜੀਵਨ ਧਰਤੀ ਦੇ ਉੱਤੇ ਜੀਵੋ and this is a life that we need to live ਖੁਦਾ ਆਦਰ ਨਾਲ ਤੁਹਾਡਾ ਨਾਮ ਲਵੇ that god will honor you ਨੂ ਅਯੂਬ ਤੇ ਦਾਨੀਅਲ ਦਾ ਨਾਮ ਆਦਰ ਨਾਲ ਪਰਮੇਸ਼ਰ ਲੈ ਰਿਹਾ ਹੈ ਐਂਡ ਗੋਡ ਇਜ਼ ਮੈਂਸ਼ਨਿੰਗ ਥੀਸ ਨੇਮਸ ਨੋਆ ਜੋਬ ਐਂਡ ਡੈਨੀਅਲ ਵਿਦ ਆਨਰ ਕਿਉਂਕਿ ਵਧੀਆ ਗਵਾਹੀਆਂ ਨਾਲ ਇਹ ਖੜੇ ਹੋਏ ਆ ਬਿਕਾਜ਼ ਦੇ ਸਟੂਡ ਵਿਦ ਗ੍ਰੇਟ ਟੈਸਟੀਮਨੀਜ਼ ਅੱਜ ਮੇਰੇ ਅਜ਼ੀਜ਼ੋ ਭੈਣੋ ਤੇ ਭਰਾਵੋ ਮਾਈ ਬਲੋਵਡ ਬ੍ਰਦਰਸ ਐਂਡ ਸਿਸਟਰਸ ਹੋ ਸਕਦਾ ਅੱਜ ਦਾ ਵਚਨ ਤੁਹਾਨੂੰ ਇਦਾਂ ਲੱਗੇ ਜਿੱਦਾਂ ਸੁਸਤ ਜਿਹਾ ਹੋ ਗਏ ਆ ਤੁਸੀਂ ਮੇਬੀ ਥਿਸ ਵਰਡ ਆਫ ਗੋਡ ਹੈਸ ਮੇਡ ਯੂ ਅ ਬਿਟ ਟਾਇਰਡ ਐਂਡ ਲੇਜ਼ੀ ਪਰ ਜਦੋਂ ਸੱਚ ਬੋਲਿਆ ਜਾਂਦਾ ਤੇ ਚਿਹਰੇ ਹਮੇਸ਼ਾ ਲਟਕ ਜਾਂਦੇ ਐਂਡ ਵੈਨ ਟਰੂਥ ਇਜ਼ ਸਪੋਕਨ ਦੈਨ ਯੋਰ ਕੰਟੈਂਟਨੈਂਸ ਇਜ਼ ਪਰ ਜਦੋਂ ਤੁਸੀਂ ਵਰਕ ਕਰਨਾ ਸ਼ੁਰੂ ਕਰੋਗੇ ਇਸ ਵਚਨ ਤੇ ਐਂਡ ਵੈਨ ਯੂ ਸਟਾਰਟ ਟੂ ਵਰਕ ਵਿਦ ਥਿਸ ਵਰਡ ਆਫ ਗੋਡ ਤੁਸੀਂ ਖੁਦਾ ਦੇ ਸਿੰਘਾਸਨ ਦੇ ਅੱਗੇ ਆਪਣੇ ਚਿਹਰਿਆਂ ਨੂੰ ਜਲਾਲੀ ਹੁੰਦਾ ਹੋਇਆ ਦੇਖੋ ਐਂਡ ਯੂ ਵਿਲ ਸੀ ਦੈਟ ਯੋਰ ਕੰਟੈਂਟਨੈਂਟ ਇਜ਼ ਗਲੋਰੀਅਸ ਬਿਫੋਰ ਦਾ ਲਾਰਡ ਹਾਲੇਲੂਇਆ ਹਾਲੇਲੂਇਆ ਬਾਈਬਲ ਵਿੱਚ ਇੱਕ ਘਟਨਾ ਪੜ੍ਹਦੇ ਹਾਂ ਐਂਡ ਵੀ ਰੀਡ ਇਨ ਦਾ ਬਾਈਬਲ ਜਿਨ੍ਹਾਂ ਨੇ ਖੁਦਾ ਦੇ ਵਚਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਐਂਡ ਦੋਸ ਹੂ ਹੈਵ ਸਟਾਰਟਡ ਟੂ ਡੂ ਦਾ ਵਰਕ ਆਫ ਦਾ ਲਾਰਡ ਉਹਨਾਂ ਦੀਆਂ ਜ਼ਿੰਦਗੀਆਂ 'ਚ ਕਿਸ ਤਰ੍ਹਾਂ ਦੀ ਤਬਦੀਲੀ ਆਈ
And what kind of problems that came into their life. ਜਦੋਂ ਅਸੀਂ ਸੈਕੰਡ ਕ੍ਰੋਨਿਕਲਸ ਦੂਸਰਾ ਇਤਿਹਾਸ ਅਸੀਂ ਜਦੋਂ ਦੇਖਦੇ ਹਾਂ And when we read into second chronicles ਉਹਦੇ 17ਵੇਂ ਅਧਿਆਏ ਵਿੱਚ ਇੱਕ ਯਹੋਸ਼ਾਫਾਟ ਕਿੰਗ ਹੋਇਆ ਰਾਜਾ ਹੋਇਆ And in chapter 17 there was a king Jehoshaphat ਔਰ ਜਦੋਂ ਉਹ ਰਾਜਾ ਬਣਿਆ And when he became king ਉਹਦੇ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ And this is what is written about him ਮੈਂ ਚਾਹੁੰਦਾ ਹਾਂ ਕਿ ਉਹਨੂੰ ਵੀ ਮੈਂ ਪੜ੍ਹ ਦੇਵਾਂ I would like to read this for you ਉਹ ਬਹੁਤ ਅੱਛਾ ਉਹ ਵਚਨ ਮੈਨੂੰ ਲੱਗਦਾ ਹੈ And this word of God is so good ਉਹਦਾ ਤੀਸਰੇ ਵਚਨ ਤੋਂ ਮੈਂ ਪੜ੍ਹਦਾ ਹਾਂ And I will read from verse 3 ਅਤੇ ਯਹੋਵਾ ਯਹੋਸ਼ਾਫਾਟ ਦੇ ਨਾਲ ਸੀ ਕਿਉਂਕਿ ਉਸ ਦੀ ਚਾਲ ਆਪਣੇ ਪਿਤਾ ਦਾਊਦ ਦੇ ਪਹਿਲੇ ਰਾਹਾਂ ਅਨੁਸਾਰ ਸੀ ਅਤੇ ਉਹ ਬਾਲਾਂ ਦਾ ਤਾਲਬ ਨਾ ਬਣਿਆ ਸਗੋਂ ਆਪਣੇ ਪਿਤਾ ਦੇ ਪਰਮੇਸ਼ਵਰ ਦਾ ਸ਼ਰਧਾਲੂ ਬਣਿਆ ਅਤੇ ਉਸਦੇ ਹੁਕਮਾਂ ਉੱਤੇ ਚੱਲਦਾ ਰਿਹਾ ਅਤੇ ਇਸਰਾਇਲ ਜਿਹੇ ਉਹਨੇ ਕੰਮ ਨਾ ਕੀਤੇ ਇਸ ਜਗ੍ਹਾ ਤੇ ਪ੍ਰਭੂ ਦਾ ਵਚਨ ਦੱਸਦਾ ਹੈ And the word of Lord tells us here ਕਿ ਯਹੋਸ਼ਾਫਾਟ ਖੁਦਾ ਦਾ ਸ਼ਰਧਾਲੂ ਬਣਿਆ Jehoshaphat was ਖੁਦਾ ਦਾ ਉਪਾਸਕ ਬਣਿਆ He was a servant of God ਉਹ ਖੁਦਾ ਦਾ ਬੰਦਾ ਬਣ ਕੇ ਜੀਆ And he was a man of God that's how he lived it ਜਦੋਂ ਖੁਦਾ ਦੇ ਵਚਨ ਦੇ ਅਨੁਸਾਰ ਉਹਨੇ ਜੀਣਾ ਸ਼ੁਰੂ ਕੀਤਾ When he began to live according to the word of God ਔਰ ਵਚਨ ਦੱਸਦਾ ਅੱਗੇ ਜਾ ਕੇ ਲਿਖਿਆ ਕਿ ਪਰਮੇਸ਼ਰ ਨੇ ਉਹਦੇ ਰਾਜ ਨੂੰ ਪੱਕਾ ਕਰ ਦਿੱਤਾ And the word tells us that God established his throne ਜਦੋਂ ਤੁਸੀਂ ਖੁਦਾ ਦੇ ਕਲਾਮ ਅਨੁਸਾਰ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰੋਗੇ And when you begin to live according to the word of God ਤੁਹਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਤੇ ਘਾਟਿਆਂ ਦਾ ਸਾਹਮਣਾ ਕਰਨਾ ਪਵੇਗਾ And you will be met with many troubles and troubles ਪਰ ਪਰਮੇਸ਼ਰ ਦੇ ਘਰ ਦੇ ਵਿੱਚ ਤੁਹਾਡਾ ਰਾਜ ਪੱਕਾ ਹੋ ਜਾਊਗਾ But in the kingdom of God that will be established for you ਔਰ ਇਹਨੇ ਇੱਕ ਹੋਰ ਵਧੀਆ ਕੰਮ ਕੀਤਾ And there was something else that he did good ਜਦੋਂ ਇਹਨੂੰ ਪਤਾ ਲੱਗ ਗਿਆ When he knew ਕਿ ਮੈਂ ਖੁਦਾ ਦਾ ਉਪਾਸਕ ਬਣਿਆ that I am a servant of God ਮੈਂ ਬਲੇਸਡ ਹੋਇਆ I am blessed ਔਰ ਉਹਨੇ ਇਦਾਂ ਸੋਚਿਆ ਕਿ ਮੈਂ ਸਾਰੇ ਯਹੂਦਾ ਦੇਸ਼ ਨੂੰ ਖੁਦਾ ਦਾ ਵਚਨ ਸਿਖਾਵਾਂਗਾ And he thought I would teach the word of God to all Israel. ਔਰ ਉਹਨੇ ਇੱਕ ਟੀਮ ਸੰਗਠਿਤ ਕੀਤੀ And he got some people together. ਪ੍ਰਭੂ ਦੇ ਦਾਸ ਲੋਕ ਵੀ ਧਿਆਨ ਨਾਲ ਸੁਣਨ। Listen very carefully those who are the servants of the Lord. ਉਹਨੇ ਇੱਕ ਟੀਮ ਨੂੰ ਸੰਗਠਿਤ ਕੀਤਾ And he established a team. ਔਰ ਉਸ ਟੀਮ ਨੂੰ ਪੂਰੇ ਯਹੂਦਾ ਦੇਸ਼ ਦੇ ਵਿੱਚ ਭੇਜਿਆ And he sent the team throughout all of Judea. ਔਰ ਲਿਖਿਆ ਕਿ ਡੋਰ ਟੂ ਡੋਰ ਸ਼ਹਿਰ ਤੋਂ ਸ਼ਹਿਰ ਪਿੰਡ ਤੋਂ ਪਿੰਡ ਉਹਨਾਂ ਨੇ ਲੋਕਾਂ ਨੂੰ ਵਚਨ ਸੁਣਾਉਣਾ ਸ਼ੁਰੂ ਕਰ ਦਿੱਤਾ And they began from every city to every village to every door they spread the word. ਔਰ ਪੂਰੇ ਦੇਸ਼ ਨੂੰ ਖੁਦਾ ਦੇ ਕਲਾਮ ਨਾਲ ਉਹਨਾਂ ਨੇ ਭਰ ਦਿੱਤਾ And they filled the whole country with the word of God. ਔਰ ਜਾਣਦੇ ਹੋ ਉੱਥੇ ਕੀ ਪਰਿਵਰਤਨ ਆਇਆ? Do you know what happened then? ਖੁਦਾ ਨੇ ਉਸ ਪੂਰੇ ਦੇਸ਼ ਨੂੰ ਬਲੇਸਡ ਕਰ ਦਿੱਤਾ And God blessed the whole country. ਔਰ ਮੈਂ ਇਹਦੇ 10ਵੀਂ ਆਇਤ ਨੂੰ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਹਾਂ And I'd like to present you with verse 10. ਔਰ ਇਸ ਜਗ੍ਹਾ ਤੇ ਲਿਖਿਆ ਹੈ And it's written here. ਜਦੋਂ ਉਹਨਾਂ ਨੇ ਖੁਦਾ ਦੇ ਵਚਨ ਨੂੰ ਪੂਰੇ ਦੇਸ਼ ਵਿੱਚ ਸਿਖਾਉਣਾ ਸ਼ੁਰੂ ਕਰ ਦਿੱਤਾ And when they began to teach the word of God to the whole nation. ਲਿਖਿਆ ਯਹੂਦਾ ਦੇ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ ਔਰ ਸਾਰੇ ਰਾਜਾਂ ਦੇ ਉੱਤੇ ਯਹੋਵਾ ਦਾ ਭੈ ਛਾ ਗਿਆ And all the countries that was around Judea they began to fear God. ਲੋਕਾਂ ਦੇ ਮਨਾਂ 'ਚ ਖੁਦਾ ਨੇ ਡਰ ਭਰ ਦਿੱਤਾ And their hearts were troubled because of the fear of the Lord. ਜਦੋਂ ਤੁਹਾਡੇ ਅੰਦਰ ਖੁਦਾ ਦਾ ਕਲਾਮ ਭਰਨਾ ਸ਼ੁਰੂ ਹੋ ਜਾਊਗਾ And when the word of God begin to reside in your hearts ਵਿਪਤਾ ਚੱਲ ਕੇ ਵੀ ਖੁਦਾ ਦੇ ਕਲਾਮ ਨੂੰ ਪੂਰਾ ਕਰਨਾ ਸ਼ੁਰੂ ਕਰ ਦੋਗੇ And that you overcome all your problems and you stay with the word of God ਤੁਹਾਡੇ ਵਿਰੋਧੀਆਂ ਦੇ ਉੱਤੇ ਖੁਦਾ ਦਾ ਡਰ ਆਪਣੇ ਆਪ ਆਉਣਾ ਸ਼ੁਰੂ ਹੋ ਜਾਏਗਾ And your enemies will fear you ਔਰ ਅੱਗੇ ਚੱਲ ਕੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ And I'd like to tell you more ਜਦੋਂ ਇਹਦਾ 20ਵਾਂ ਅਧਿਆਇ ਪੜ੍ਹਦੇ ਹਾਂ When we read in chapter 20 ਉੱਥੇ ਕੁਝ ਵਿਰੋਧੀ ਇਹਨਾਂ ਨਾਲ ਲੜਨ ਦੇ ਲਈ ਆਏ And there was some people who did come against ਔਰ ਬਹੁਤ ਵੱਡਾ ਦਲ ਇਹਦੇ ਯਹੋਸ਼ਾਫਾਟ ਦੇ ਵਿਰੁੱਧ ਆਇਆ And there was a great problem that came against him ਔਰ ਬਹੁਤ ਵੱਡੀ ਸੈਨਾ ਔਰ ਬਹੁਤ ਸਾਰੇ ਰਲ ਕੇ ਇਹਦੇ ਖਿਲਾਫ ਯੁੱਧ ਲੜਨ ਦੇ ਲਈ ਆਏ And there were so many armies of the other countries that got together and came against Jehoshaphat ਜਾਣਦੇ ਹੋ ਕੀ ਉੱਥੇ ਘਟਨਾ ਘਟੀ And do you know what happened there ਖੁਦਾ ਦਾ ਅਭਿਸ਼ੇਕ ਉਸ ਜਗ੍ਹਾ ਤੇ ਉਤਰਿਆ And the anointing ਖੁਦਾ ਨੇ ਆਪਣੇ ਲੋਕਾਂ ਨਾਲ ਗੱਲ ਕੀਤੀ the anointing of the Lord came and the Lord spoke to him ਕਹਿੰਦਾ ਇਹ ਲੜਾਈ ਤੁਹਾਡੀ ਨਹੀਂ ਇਹ ਲੜਾਈ ਮੇਰੀ ਹੈ He said that this is not your war this is mine ਤੁਹਾਨੂੰ ਵਿਰੋਧੀਆਂ ਨਾਲ ਲੜਨਾ ਨਹੀਂ ਪਊਗਾ He said you do not
have to fight those who come against you. Aur theek aise tarah hi hoya. And that's exactly what happened. Unhan nu ladna nahi paya. They did not have to fight. Aur jadon yudh de vich gaye vi hai. And when they went to war. Yudh ch vi worship karde hoye ja rahe hai. And they were worshiping the Lord as they went. Aur jadon worship karde ja rahe hai. As they worshiping as they went. Ja ke dekhe jehde virodhi unhan nu maran de layi aaye hoye si. And those who came to kill them to come against them. Unhan diyan laashan khilriyan hoyiyan si. And all their dead bodies were all over the place. Jadon tusi khuda de layi vipta dukh aur kasht chal ke khuda de kalam nu pura karoge. And when you fulfill the Lord's word, even after you've been troubled and things come against you, tusi musibatan te tangiyan nu zarur challoge, you will be able to bear everything that come against you. Par tuhanu swarg ch raj pakka kita jauga. But the kingdom for you will be established in heaven. Par tuhade virodhi sharmende honge. And those who come against you will be ashamed. ਪ੍ਰਭੂ ਦਾ ਦਾਸ ਪਤਰਸ ਜਦੋਂ ਪ੍ਰਚਾਰ ਕਰਦਾ ਸੀ and when Peter was preaching ਔਰ 12ਵੇਂ ਅਧਿਆਇ ਵਿੱਚ ਇੱਕ ਘਟਨਾ ਸਾਨੂੰ ਮਿਲਦੀ ਹੈ and we he chapter ਆਪਣੇ 12 acts of the apostles ਰਸੂਲਾਂ ਦੇ ਕਰਤੱਵ yeah acts of the apostles 12th chapter ਔਰ ਉਸ ਜਗ੍ਹਾ ਤੇ ਪ੍ਰਭੂ ਦਾ ਬੰਦਾ ਪ੍ਰਚਾਰ ਕਰ ਰਿਹਾ ਸੀ and he will see that Peter was preaching ਉਹਨੂੰ ਫੜ ਕੇ ਬੰਦ ਕਰ ਦਿੱਤਾ and they took him and put him in jail onu chaun chaun sipaiyan de char pairiyan de vich rakhya gaya and there was four guards all around him bahut sakht paira ode te la ditta gaya and he had so many guards surrounding him gall note kar sakde ho tusi and you can take notice of this jadon tusi paap di gulami karoge when you are a slave tusi apniyan diaryan te note kar sakde ho you can write this in your notebooks jadon tusi paap di gulami karoge when you are sin tusi sada hi gulam bane rahoge when you are slave to sin you will stay par jadon tusi parmeshwar de bachan di gulami karoge but when you become slave to the word of god tusi azad kite jao you will be set free hallelujah hallelujah ਇਸ ਰੱਬ ਦੇ ਬੰਦੇ ਨੂੰ ਗੁਲਾਮ ਬਣਾ ਲਿਆ ਗਿਆ this man of god was taken and made a slave ਸਵਰਗ ਦੂਤ ਰਾਤ ਨੂੰ ਉਤਰ ਕੇ ਆਇਆ but the angel of the lord came in the night ਉਹ ਸੋਚ ਰਿਹਾ ਮੈਂ ਸੁਪਨਾ ਦੇਖ ਰਿਹਾ ਆ and he thought he was dreaming ਸਵਰਗ ਦੂਤ ਨੇ ਉਹਨੂੰ ਉਠਾਇਆ the angel woke him up ਉਹ ਕਹਿੰਦਾ ਤੂੰ ਮੇਰੇ ਮਗਰ ਆ ਜਾ and the angel said come and ਜਦੋਂ ਚਾਰੇ ਪੈਰਿਆਂ ਤੋਂ ਬਾਹਰ ਨਿਕਲਿਆ when he gone past the four guards ਫਿਰ ਉਹਨੇ ਦੇਖਿਆ ਮੈਂ ਤਾਂ ਸੱਚਮੁੱਚ ਜੇਲ੍ਹ ਤੋਂ ਬਾਹਰ ਆ ਗਿਆ ਐਂਡ ਹੀ ਰੀਅਲਾਈਜ਼ਡ ਦੈਟ ਹੀ ਵਾਸ ਟਰੂਲੀ ਆਊਟ ਆਫ ਦ ਜੇਲ੍ਹ ਜਦੋਂ ਤੁਸੀਂ ਖੁਦਾ ਲਈ ਮੁਸੀਬਤਾਂ ਦੁੱਖ ਤੇ ਕਸ਼ਟ ਚੱਲੋਗੇ ਵੈਨ ਯੂ ਗੋ ਥਰੂ ਆਲ ਦਿਸ ਟ੍ਰਾਇਲਸ ਐਂਡ ਟ੍ਰਿਬਿਲੇਸ਼ਨਸ ਫॉर द ਲਾਰਡ ਤੁਸੀਂ ਉਹਦਾ ਰਿਜ਼ਲਟ ਦੇਖੋਗੇ ਕਿ ਹਰ ਬੰਧਨ ਤੋਂ ਤੁਸੀਂ ਬਾਹਰ ਆ ਚੁੱਕੇ ਹੋ ਦੈਟ ਯੂ ਵਿਲ ਸੀ ਦ ਰਿਜ਼ਲਟ ਦੈਟ ਆਲ ਦਿਸ ਥਿੰਗਸ ਵਿਲ ਸੈਟ ਯੂ ਫ੍ਰੀ ਹਾਲੇਲੂਇਆ 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 ਪ੍ਰਭੂ ਦਾ ਦਾਸ ਪੌਲਸ ਇਸ ਤਰ੍ਹਾਂ ਕਹਿੰਦਾ ਹੈ And the apostle Paul said ਜਦੋਂ ਕੋਰਿੰਥੀਆ ਚੌਥਾ ਅਧਿਆਇ ਉਹਦਾ 16ਵਾਂ ਵਚਨ ਪੜ੍ਹਦੇ ਹਾਂ In Corinthians 4:16 ਉਸ ਜਗ੍ਹਾ ਤੇ ਪ੍ਰਭੂ ਦਾ ਵਚਨ ਕਹਿੰਦਾ ਹੈ The word of God ਬਾਹਰਲੀ ਇਨਸਾਨੀਅਤ ਭਾਵੇਂ ਦਿਨੋ ਦਿਨ ਸਾਡੀ ਨਾਸ਼ ਹੁੰਦੀ ਜਾਂਦੀ ਹੈ But the outer man is daily is been destroyed ਔਰ ਪਰੰਤੂ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ But the inside is been renewed every day Hallelujah. Hallelujah. ਇਸ ਲਈ ਮੇਰੇ ਅਜ਼ੀਜ਼ੋ For this reason my beloved ਮੁਕਤੀ ਦਾ ਕੰਮ ਸ਼ੁਰੂ ਕਰ ਦਿਓ Start your own salvation. ਆਪਣੀ ਆਪਣੀ ਮੁਕਤੀ ਦਾ ਕੰਮ ਕਰਨਾ ਸ਼ੁਰੂ ਕਰ ਦਿਓ Start with your own salvation work ਔਰ ਉਹਦੇ ਲਈ ਤੁਹਾਨੂੰ ਕਿੰਨੀਆਂ ਵੀ ਮੁਸੀਬਤਾਂ ਚੱਲਣੀਆਂ ਪੈਂਦੀਆਂ ਆ Even though you have to go through trials and even ਇਥੋਂ ਤੱਕ ਤੁਹਾਨੂੰ ਆਪਣੀ ਕੁਰਬਾਨੀ ਵੀ ਦੇਣੀ ਪੈਂਦੀ ਆ You might even have to give sacrifice ਤੇ ਪਿੱਛੇ ਨਾ ਹਟਿਓ Do not step back ਜਿਹੜੇ ਅੱਗੇ ਵਧਣਗੇ If you go forward ਜਿਹੜੇ ਕੁਰਬਾਨ ਹੋ ਜਾਣਗੇ those who will go forward and be sacrificed ਉਹ ਗੱਦੀਆਂ ਤੇ ਨਿਆਂ ਕਰਨ ਲਈ ਬੈਠਣਗੇ and they will sit on the throne and they will ਜਿਹੜੇ ਬਿਪਤਾ ਚੱਲਦੇ ਖੁਦਾ ਦੀ ਪ੍ਰਸਤਿਸ਼ ਕਰਨਗੇ and those who go through tribulation and they worshiping god ਉਹ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਖੜੇ ਹੋਣਗੇ they will stand before the ਔਰ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਉਹਨਾਂ ਦੇ ਨਾਲ ਆਰਾਧਨਾ 'ਚ ਖੜਾ ਹੋਊਗਾ and the son of god jesus christ will stand with them ਅਜਿਹੇ ਸਥਾਨ ਤੇ ਨਹੀਂ ਹੋਣਗੇ ਫਿਰ ਉਹ ਭੁੱਖ ਤੇ ਦੁੱਖ ਤੇ ਕਸ਼ਟ ਵਾਲੇ ਸਥਾਨ ਦੀ ਜਗ੍ਹਾ ਤੇ ਨਹੀਂ ਹੋਣਗੇ ਐਂਡ ਦੇ ਵਿਲ ਨਾਟ ਬੀ ਇਨ ਅ ਪਲੇਸ ਵੇਅਰ ਦੇਰ ਇਜ਼ ਟ੍ਰਬਲਸ ਐਂਡ ਟੀਅਰਸ ਐਂਡ ਡੈਥ ਮੇਰੇ ਅਜ਼ੀਜ਼ੋ ਇਹ ਧਰਤੀ ਸਾਡੇ ਰਹਿਣ ਦਾ ਘਰ ਨਹੀਂਗਾ
This earth was not made for us to stay. ਤੁਸੀਂ ਜਾਣਦੇ ਹੋ ਯਿਸੂ ਮਸੀਹ ਜਲਦੀ ਹੀ ਆਉਣ ਵਾਲਾ ਹੈ. Do you know that Jesus Christ is coming very soon? Bible ਕਹਿੰਦੀ ਹੈ. The Bible tells us. ਜਿਹੜਾ ਮੇਰੇ ਘਰ ਦਾ ਨਾਸ਼ ਕਰੂਗਾ ਮੈਂ ਉਹਦਾ ਨਾਸ਼ ਕਰੂੰਗਾ. God said that he who destroys the temple he has made. ਇਹ ਕੋਰਿੰਥੀਆ 3 ਦੇ 16 ਵਚਨ ਵਿੱਚ ਲਿਖਿਆ ਹੋਇਆ ਹੈ. He said I will destroy that person. ਕੋਰਿੰਥੀਆ 3 ਦੀ 16 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ. It is written in Corinthians 3:16. ਜਿਹੜਾ ਮੇਰੇ ਘਰ ਦਾ ਨਾਸ਼ ਕਰੂਗਾ ਮੈਂ ਉਹਦਾ ਨਾਸ਼ ਕਰੂੰਗਾ. I will destroy those who destroy my house. ਜੇਕਰ ਤੁਸੀਂ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰ ਲਿਆ, if you have worked out your own salvation, means ਤੁਸੀਂ ਖੁਦਾ ਦਾ ਮੰਦਰ ਬਣ ਚੁੱਕੇ ਹੋ, that means you are the temple of the Holy Spirit. ਤੁਸੀਂ ਬੱਦਲਾਂ ਤੇ ਉਠਾਏ ਜਾਣਾ ਹੈ. You will be lifted. ਜੇ ਤੁਸੀਂ ਖੁਦਾ ਦਾ ਮੰਦਰ ਨਹੀਂ ਬਣੇ, if you are not made the temple of the Holy Spirit, ਤੁਸੀਂ ਇੱਥੇ ਨਾਸ਼ ਹੋ ਜਾਣਾ ਹੈ. You will be destroyed here. ਖੁਦਾ ਦਾ ਪਵਿੱਤਰ ਆਤਮਾ ਤੁਹਾਨੂੰ ਕਿਉਂ ਦਿੱਤਾ ਹੋਇਆ ਹੈ? Why has God given us his Holy Spirit? ਕੇਵਲ ਵਰਸ਼ਿਪ ਦੇ ਲਈ ਨਹੀਂ ਦਿੱਤਾ ਹੋਇਆ. It's not just for worship. ਐਂਟਰਟੇਨਮੈਂਟ ਲਈ ਨਹੀਂ ਦਿੱਤਾ ਹੋਇਆ. It's not for entertainment. ਇੰਜੋਏ ਕਰਨ ਲਈ ਨਹੀਂ ਦਿੱਤਾ ਹੋਇਆ. It's not for enjoyment. ਪਵਿੱਤਰ ਆਤਮਾ ਤੁਹਾਨੂੰ ਇਸ ਲਈ ਦਿੱਤਾ ਗਿਆ ਹੈ, the Holy Spirit is given, ਤਾਂ ਕਿ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਦੇ ਵਰਗੇ ਬਣ ਸਕੋ. So that you can become like Jesus Christ. ਉਹਦਾ ਮੰਦਰ ਬਣ ਸਕੋ. So that you could be his temple. ਔਰ ਉਹਦਾ ਮੰਦਰ ਬਣਨ ਲਈ ਉਹਨੇ ਆਪਣਾ ਰਾਜ ਮਿਸਤਰੀ ਭੇਜਿਆ ਹੋਇਆ ਹੈ. And to make his temple he has sent his ਆਪਣੇ ਘਰਾਂ ਦੇ ਵਿੱਚ ਜਾਣਾ, go to your homes, ਆਪਣੇ ਬਿਸਤਰਿਆਂ ਦੇ ਉੱਤੇ ਹਰ ਰੋਜ਼ ਦੁਆ ਕਰਨੀ ਸ਼ੁਰੂ ਕਰ ਦੋ. ਪਲੀਜ਼ ਪ੍ਰੇ ਓਵਰ ਯੋਰ ਬੈਡ ਐਵਰੀ ਡੇ. ਪ੍ਰਾਰਥਨਾ ਚ ਕੀ ਕਹਿਣਾ ਹੈ? ਵਾਟ ਯੂ ਆਰ ਗੋਇੰਗ ਟੂ ਸੇ, ਪ੍ਰਭੂ ਮੈਨੂੰ ਆਪਣਾ ਪਵਿੱਤਰ ਮੰਦਰ ਬਣਾ ਲਾ. Ask the Lord to make you the temple of the Holy Spirit. ਦੋ ਕੰਮ ਕਰਨੇ ਪੈਣੇ ਆ ਤੁਹਾਨੂੰ. You have to make do two things. ਨੰਬਰ 1 ਕਿ ਪ੍ਰਾਰਥਨਾ ਚ ਪ੍ਰਭੂ ਨੂੰ ਕਹੋ ਕਿ ਆਪਣੇ ਪਵਿੱਤਰ ਆਤਮਾ ਦੁਆਰਾ ਮੈਨੂੰ ਆਪਣੀ ਉਸਾਰੀ ਚ ਲੈ ਲੈ, ਮੈਨੂੰ ਆਪਣਾ ਮੰਦਰ ਬਣਾ ਲਾ. And say in your prayers, Lord, make me the temple of your Holy Spirit. ਔਰ ਦੂਸਰਾ ਕੰਮ ਇਹ ਕਰਨਾ ਪੈਣਾ ਹੈ. And the second thing is this. ਕਿ ਤੁਹਾਨੂੰ ਇਹ ਕੰਮ ਕਰਨ ਵਾਸਤੇ ਬੜੇ ਦੁੱਖ, ਕਸ਼ਟ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਹੈ. To do this, to become the temple of the Holy Spirit, you have to go through trials and tribulations. ਔਰ ਇਹ ਸਾਰੀਆਂ ਮੁਸੀਬਤਾਂ ਦੇ ਵਿੱਚ ਤੁਹਾਨੂੰ ਖੜੇ ਹੋ ਕੇ ਖੁਦਾ ਦੇ ਅੱਗੇ ਝੁਕਣਾ ਪੈਣਾ ਹੈ, ਵਧਣਾ ਪੈਣਾ ਹੈ. And you have to go through these trials and tribulations and yet still stand before the Lord and worship. ਔਰ ਫਿਰ ਤੁਸੀਂ ਪਰਮੇਸ਼ਰ ਦੇ ਪ੍ਰਤਾਪ ਨਾਲ, ਗਲੋਰੀ ਨਾਲ ਭਰ ਜਾਓਗੇ. And then you will be filled with his glory. ਤੁਸੀਂ ਬੱਦਲਾਂ ਤੇ ਉਠਾਏ ਜਾਓਗੇ. Then you will be lifted up in the clouds. ਤਾਂ ਜੇ ਤੁਸੀਂ ਕੰਫਰਟ ਜ਼ੋਨ 'ਚ ਜੀਣਾ ਚਾਹੁੰਦੇ ਹੋ, if you want to live in your comfort zone, ਤੁਸੀਂ ਜਾਣਦੇ ਹੋ ਅਮੀਰ ਆਦਮੀ ਵੀ ਵਿਸ਼ਵਾਸੀ ਸੀਗਾ. And you know that the rich man that died, he was also a believer. ਇਸ ਗੱਲ ਨੂੰ ਜਾਣਦੇ ਹੋ ਤੁਸੀਂ? Do you know that he was a believer? ਜਿਹੜਾ ਨਰਕ ਦੇ ਪਤਾਲ ਦੇ ਵਿੱਚ ਗਿਆ ਉਹ ਵੀ ਵਿਸ਼ਵਾਸੀ ਸੀਗਾ. The one that went to hell, he was also a believer. ਉਹਨੇ ਇੱਕ ਗੱਲ ਕਹੀ, ਕਹਿੰਦਾ ਹੇ ਪਿਤਾ ਅਬਰਾਹਮ. And he called out to father Abraham. ਇੱਕ ਵਿਸ਼ਵਾਸੀ ਹੀ ਜਾਣਦਾ ਹੈ ਕਿ ਅਬਰਾਹਮ ਨੂੰ ਪਿਤਾ ਕਿਹਾ ਜਾਂਦਾ ਹੈ. Only a believer knows to call Abraham father. ਪਰ ਉਹਦੀ ਹਾਲਤ ਇਦਾਂ ਦੀ ਸੀ ਕਿਉਂਕਿ ਅਮੀਰ ਸੀਗਾ, ਰੱਬ ਦੇ ਦਾਸਾਂ ਨੂੰ ਹੋ ਸਕਦਾ ਉਹ ਦਾਨ ਦਕਸ਼ਣਾ ਦਿੰਦਾ ਹੋਵੇ, ਪਰ ਉਹ ਇਦਾਂ ਦੀ ਅਵਸਥਾ ਦੇ ਵਿੱਚ ਜੀਦਾ ਸੀ ਕਿ ਕੋਈ ਵਚਨ ਦੀ ਪਰਵਾਹ ਨਹੀਂ ਸੀ ਕਰਦਾ. That although he all the riches that God has blessed him with, but he did not spend time in the word or with God's people. ਉਹਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਮੰਦਰ ਨਹੀਂ ਬਣਾਇਆ. He did not make himself to be the temple of the Holy Spirit. ਉਹ ਕੰਫਰਟ ਜ਼ੋਨ ਚ ਜ਼ਿੰਦਗੀ ਜੀਦਾ ਸੀ. And he has spent his whole life in the comfort zone. ਅੱਜ ਜਿਹੜੇ ਆਰਾਮ ਦੀ ਅਵਸਥਾ ਚ ਜ਼ਿੰਦਗੀ ਜੀ ਰਹੇ ਹੋ, and those who are in the comfort zones, ਮੈਨੂੰ ਪਰਸਨਲੀ ਤੁਹਾਡੀ ਜ਼ਿੰਦਗੀ ਚ ਕੋਈ ਪ੍ਰੋਬਲਮ ਨਹੀਂ ਗੀ. I do not have a problem with your personal life. ਪਰ ਖੁਦਾ ਦਾ ਦਾਸ ਹੁੰਦੇ ਹੋਏ, but being the servant of the God, ਔਰ ਭਵਿੱਖ ਨੂੰ ਦੇਖਦੇ ਹੋਏ, and can see the future, ਮੈਨੂੰ ਤੁਹਾਡੀਆਂ ਰੂਹਾਂ ਤੇ ਤੁਹਾਡੀ ਜ਼ਿੰਦਗੀ ਤੇ ਤਰਸ ਆਉਂਦਾ ਹੈ. And I feel sorry for your life and for you. ਔਰ ਪ੍ਰਭੂ ਨੇ ਮੈਨੂੰ ਇਸੇ ਕਰਕੇ ਭੇਜਿਆ ਤਾਂ ਕਿ ਤੁਸੀਂ ਤਿਆਰ ਹੋ ਜਾਓ. The Lord has sent me here tonight, yes, so that to tell you to be ready for the Lord. ਪ੍ਰਭੂ ਦਾ ਮੰਦਰ ਬਣ ਜਾਓ. Be the temple of the Lord. ਔਰ ਮੰਦਰ ਬਣਨ ਲਈ ਇੱਕ ਗਵਾਹੀ ਬਣਾਉਣੀ ਪੈਣੀ ਹੈ. And to be the temple of the Holy Spirit. ਔਰ ਜਿਹੜੇ ਕੁਰਬਾਨ ਹੋ, ਜਿਹੜੇ ਪ੍ਰਭੂ ਦੇ ਦਾਸ ਕੁਰਬਾਨ ਹੋ ਗਏ, that you must have a testimony for those who have been sacrificed in the Lord. ਉਹੀ ਸਿੰਘਾਸਨਾਂ ਤੇ ਗੱਦੀਆਂ ਦੇ ਉੱਤੇ ਬੈਠਣਗੇ. And they will sit on the throne. ਗੱਦੀਆਂ ਤੇ ਬਹਿਣਾ ਚਾਹੁੰਦੇ ਹੋ? Do you want to sit on the throne? Everybody, ਗੱਦੀਆਂ ਤੇ ਬਹਿਣਾ ਚਾਹੁੰਦੇ ਹੋ? Do you want to sit on the throne? ਤੇ ਧਰਤੀ ਦੀਆਂ ਗੱਦੀਆਂ ਛੱਡਣੀਆਂ ਪੈਣੀਆਂ. Then you have to leave
These thrones are you sitting on. ਉਥੇ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਵਰਸ਼ਿਪ ਕਰਨਾ ਚਾਹੁੰਦੇ ਹੋ? Do you want to worship before the throne of God? ਚਾਹੁੰਦੇ ਹੋ ਕਿ ਯਿਸੂ ਮਸੀਹ ਸਾਡੇ ਨਾਲ ਖੜਾ ਹੋਵੇ? Do you want the Lord Jesus to stand with you when you worship? ਤਾਂ ਫਿਰ ਤੁਹਾਨੂੰ ਯਿਸੂ ਲਈ ਦੁੱਖ ਤੇ ਕਸ਼ਟ ਤੇ ਮੁਸੀਬਤਾਂ ਝੱਲਣੀਆਂ ਪੈਣੀਆਂ ਆ. And because for the Lord you have to go through trials and tribulations. ਨਹੀਂ ਤਾਂ ਆਵਾਜ਼ ਆਉਣੀਆਂ ਬੱਚਾ ਯਾਦ ਕਰ. Otherwise you will hear a voice and say remember. ਤੂੰ ਸਭ ਕੁਝ ਧਰਤੀ ਤੇ ਸੁੱਖ ਸੁਵਿਧਾ ਲੈ ਲਈਆਂ ਆ. That you had all the comforts of this life. ਖੁਦਾ ਦੇ ਲਈ ਜੋ ਛੱਡਣਾ ਪੈਂਦਾ ਛੱਡ ਦਿਓ. Whatever you need to leave for the Lord, leave it. ਜੋ ਕਰਨਾ ਪੈਂਦਾ ਕਰ ਦਿਓ. You what you have to do, do it. ਕਿਉਂਕਿ ਉੱਤੇ ਬਹੁਤ ਕੁਝ ਮਿਲਣ ਵਾਲਾ ਆ. Because there's so much in heaven. ਧਰਤੀ ਦੇ ਥੋੜੇ ਲਈ ਬਹੁਤਾ ਨਾ ਦੁਆ ਦਿਓ. Whatever on this earth, what little you have, don't lose it. ਜਿਹੜੇ ਅੱਜ ਤਿਆਰ ਆ, those who are ready, ਉਹ ਖੜੇ ਹੋ ਜਾਓ. Stand up on your feet. ਜਿਹੜੇ ਤਿਆਰ ਹਨ ਉਹ ਖੜੇ ਹੋ ਜਾਓ. Those who are ready, stand on your feet. ਯਹੋਸ਼ਾਫਾਟ ਨੇ ਇਹ ਕੰਮ ਸ਼ੁਰੂ ਕਰ ਦਿੱਤਾ. And this was what Jehoshaphat started. ਉਹ ਬਰਕਤ ਪਾ ਗਿਆ. And he got blessed. ਉਹਦਾ ਰਾਜ ਸਵਰਗ ਚ ਪੱਕਾ. His kingdom is established. ਜੇ ਅੱਜ ਤੁਸੀਂ ਨੇਚਾ ਨਾਲ ਪੱਕਾ ਸੰਕਲਪ ਲੈਂਦੇ ਹੋ, ਦ੍ਰਿੜ ਨੇਚਾ ਕਰਦੇ ਹੋ, that if you really believe in your heart, ਪੱਕਾ ਨੇਚਾ ਕਰਦੇ ਹੋ, you truly believe, ਕਿ ਮੈਂ ਹਰ ਦੁੱਖ ਦੇ ਵਿੱਚ, that in every trial, ਹਰ ਇੱਕ ਮੁਸੀਬਤ ਦੇ ਵਿੱਚ, in every problem, ਖੁਦਾ ਦੇ ਕਲਾਮ ਨੂੰ ਪਹਿਲ ਦਵਾਂਗਾ, that I will live the name, the word, ਆਪਣੀ ਇੱਛਾ ਨਾਲ ਨਹੀਂ ਜੀਵਾਂਗਾ, I will not live according to my desires, ਮੈਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜ਼ਿੰਦਗੀ ਜੀਵਾਂਗਾ, I will live my life according to the word of God, ਔਰ ਇਹਦੇ ਲਈ ਹਰ ਕੁਰਬਾਨੀ ਜੇ ਮੈਨੂੰ ਦੇਣੀ ਪੈਂਦੀ ਮੈਂ ਦੇਵਾਂਗਾ, and I will give every sacrifice that I need to give. Abraham ne har qurbani den layi apne aap nu de ditta. And Abraham was ready to give every sacrifice. Musa ne raj bhag utho da Misr da raj chhad ditta. And Moses left the kingdom of Egypt. Daniel sheran de ghore ch jaan layi taiyar ho gaya. And Daniel was ready to go into the den of lions. Sadrak Meshak te Abednego, Shadrach, Meshach and Abednego, oh ag di patthi ch jaan layi taiyar ho gaye, and they were ready to go into the fire. Khuda de vachan de layi unna ne keha naukri jandi ta chali jave. They said, for the word of God, if our job goes, let it go. Zindagi sadti hai ta sad jave. If our life is burnt, let it burn. Par assi khuda de vachan nu pura karange. But we will fulfill the word of God. Daniel kehnda sher is sharir nu khande hai ta kha jan. Daniel said, if the lion wants to devour this flesh, let them devour it. Par main khuda de kalam nu pura karanga. I will fulfill the word of the Lord. Prabhu Yesu Masih kehnda pita meri marzi ni teri marzi puri hove. Lord Jesus Christ said, Father, not my will but thy will be done. Aur prabhu pita de vachan nu pura kar layi sleep te qurban ho gaya. And the son, to fulfill the word of the Father in heaven, he sacrificed himself on the cross. Aaj meri te tuhadi wari hai. And today it is our turn, yours and mine. Jehde vi ajj de kalam nu sunange, those who hear the word of God today, ajj pakka irada karke is ghar to apne gharan nu rawana honge, and those who set themselves in their hearts before they go home, main Yesu de naam vich kehna oh apna raj swarg vich pakka kar lena, and I say this in the name of Jesus, they will establish their kingdom in heaven. Jehde har dukh aur musibat vich khuda de kalam naal wafadar rehnge, and those who are faithful to the word of God, oh khuda de singhasan de agge aradhana karn wale honge, and they will stand before the throne of God and worship him, aur jehde apniyan jaanan tak maar denge, and those who want to give their lives for the Lord, oh swarg raj vich nyaa karn wale thehrai jaange, and they will sit on the throne to do judgment. Par je keval tusi dharti da jeevan jeena chahunde ho, but if you just want to live this life, phir afsos aa ke us ameer aadmi di tarah tusi ਕੰਫਰਟ ਜ਼ੋਨ ਚ ਰਹੋਗੇ ਔਰ ਥੱਲੇ ਹੀ ਚਲੇ ਜਾਓਗੇ, and it is with great sadness that you will be like that rich man who went to hell and he stayed there and you will stay there. ਜੇ ਉੱਪਰ ਜਾਣਾ ਚਾਹੁੰਦੇ ਹੋ ਤਾਂ ਇਸ ਕਲਾਮ ਨੂੰ ਤੁਹਾਨੂੰ ਆਪਣੀ ਜ਼ਿੰਦਗੀ ਚ ਲੈਣਾ ਪੈਣਾ ਹੈ. That if you want to make it to heaven, you have to make the word of God part of your life. ਜਿਹੜੇ ਮੇਰੇ ਨਾਲ ਸਹਿਮਤ ਆ ਉਹ ਬੋਲ ਕੇ ਪ੍ਰਾਰਥਨਾ ਕਰੇ, and those who are in unity with me, ਔਰ ਜਿਨ੍ਹਾਂ ਇਸ ਸਮੇਂ ਆਨਲਾਈਨ ਦੇਖ ਰਹੇ ਹਨ, and those who are watching this online, ਇਸ ਤੋਂ ਬਾਅਦ YouTube ਦੇ ਦੁਆਰਾ ਦੇਖਣਗੇ, and those who will watch it on YouTube, ਉਹ ਸਭ ਮੇਰੇ ਨਾਲ ਇਸ ਸਮੇਂ ਐਗਰੀ ਹੋ ਜਾਓ, and that you can
say these. ਜੇਕਰ ਅੱਜ ਦਾ ਵਚਨ ਤੁਹਾਡੇ ਅੰਦਰ ਗਿਆ ਹੈ and if the word of God has gone inside your heart, ਫਿਰ ਬਿਨਾ ਫੈਸਲੇ ਤੋਂ ਬਾਹਰ ਨਹੀਂ ਜਾਣਾ. Then don't leave from this place without making a choice. ਔਰ ਮੇਰੇ ਨਾਲ ਮਿਲ ਕੇ ਬੋਲੋ. And say with me. ਪ੍ਰਭੂ ਯੀਸ਼ੂ ਜੀ. Lord Jesus Christ. ਅੱਜ ਤੁਹਾਡੇ ਪਵਿੱਤਰ ਵਚਨ ਨੂੰ ਸੁਣਿਆ ਹੈ. I have heard your holy word. ਮੈਂ ਕੇਵਲ ਧਰਤੀ ਦੀਆਂ ਗਵਾਹੀਆਂ ਇਕੱਠਾ ਕਰਕੇ ਹੀ ਖੁਸ਼ ਸੀ. I was happy to have the testimonies of this world. ਪਰ ਅੱਜ ਮੈਨੂੰ ਪਤਾ ਲੱਗ ਗਿਆ ਹੈ. But today I realize. ਇੰਡੀਆ ਦੀ ਕਰੰਸੀ ਕੇਵਲ ਇੰਡੀਆ ਚ ਚੱਲਦੀ ਹੈ. Only the currency of India will work in India. UK ਦੀ ਕਰੰਸੀ ਕੇਵਲ UK ਚ ਚੱਲਦੀ ਹੈ. And only the currency of UK will work in India. ਇਸੇ ਤਰ੍ਹਾਂ ਸਵਰਗ ਦੀਆਂ ਗਵਾਹੀਆਂ ਸਵਰਗ ਚ ਚੱਲਣੀਆਂ ਹਨ. And in the same way the testimonies of heaven will work in heaven. ਮੈਨੂੰ ਆਪਣਾ ਪਵਿੱਤਰ ਆਤਮਾ ਦੇ. Give me your Holy Spirit. ਮੈਂ ਵੀ ਅਜਿਹੀਆਂ ਗਵਾਹੀਆਂ ਨਾਲ ਤੇਰੇ ਸਿੰਘਾਸਨ ਦੇ ਅੱਗੇ ਖੜਾ ਹੋਵਾਂ. You can stand with my testimony before the throne of God. Vipta vich khade rehna mainu vi sikha. Teach me to stand in tribulation. Jivein Shadrak Meshak te Abednego agg vich khade ho gaye. And the same way as Shadrach, Meshach and Abednego stood in the fire. Daniel sheran de kore vich khada reha. How Daniel stood in the den of lion. Mainu vi ajeyan gawaiyan de. Give me these testimonies. Mainu vi taiyar kar inna gawaiyan de. Make me ready for this testimony. Abraham ne putr di qurbani den layi taiyar ho gaya. Abraham was ready to sacrifice. Mainu vi tyag karna sikha. Teach me how to let go. Abraham nu tusi kya ghar chhad de unne chhad ditta. And when you told Abraham to leave the house, he left. Oh, tere utte vishwas karke tur pya. Because he believed on you and he jo kuj mainu tere kalam nu pura karn layi chhadna penda main chhad sakaan. And teach me to leave what I need to leave for the word of God. Kyunki main aaj tere vachan nu sun liya te sikh liya hai. Because today I have heard your word and I have learned from it. Main dharti de thode samay layi sukh jeevan nahi jeena chahunda. I don't want to live on this earth for a little while in with a good life. Main sada da sukh tere naal tere ghar vich pauna chahunda. And I want to spend for all eternity. ਇਹਦੇ ਲਈ ਮੈਨੂੰ ਧਰਤੀ ਦਾ ਸੁੱਖ ਤਿਆਗਣਾ ਸਿਖਾ ਦੇ. Teach me to leave the comforts of this life here. ਧਰਤੀ ਦੇ ਉੱਤੇ ਮੈਨੂੰ ਆਰਾਮਦਾਇਕ ਜੀਵਨ ਤੋਂ ਬਾਹਰ ਕੱਢ ਲਾ. And take me out of this comfort zone. ਤਾਂ ਕਿ ਮੈਂ ਉਸ ਜਲਾਲੀ ਪ੍ਰਤਾਪ ਨੂੰ ਮੈਂ ਉਸ ਆਸ਼ੀਸ਼ ਨੂੰ ਪਾ ਸਕਾਂ. So that I can get that blessing, that glory. ਪ੍ਰਭੂ ਮੈਨੂੰ ਆਪਣੇ ਪਵਿੱਤਰ ਆਤਮਾ ਨਾਲ ਭਰ ਦੇ. Fill me with your Holy Spirit. ਸਭ ਬੋਲ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰੇ. Say this prayer with me. ਤੁਸੀਂ ਕਿਸੇ ਵੀ ਭਾਸ਼ਾ ਚ ਪ੍ਰਾਰਥਨਾ ਕਰ ਸਕਦੇ ਹੋ. ਜੇ ਤੁਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ ਯਾਨੀ ਕੋਈ ਵੀ ਭਾਸ਼ਾ ਚ ਪ੍ਰਾਰਥਨਾ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ. You can pray in whatever language. ਅੱਜ ਡਾਇਰੈਕਟਲੀ ਆਪਣੇ ਪ੍ਰਭੂ ਨੂੰ ਕਹਿ ਦਿਓ. Just speak to the Lord yourself. ਜਦੋਂ ਤੁਸੀਂ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿਓਗੇ, when you start to do, ਜਿਹੜੀ ਤੁਹਾਡੀ ਸਮਾਜਿਕ, ਪਰਿਵਾਰਕ, ਘਰੇਲੂ ਲੜਾਈ ਆ, ਖੁਦ ਉਹ ਪਰਮੇਸ਼ਵਰ ਲੜਨਾ ਸ਼ੁਰੂ ਕਰ ਦੋਗਾ. And whatever your battles are, the Lord. ਯਹੋਸ਼ਾਫਾਟ ਨੂੰ ਕਿਹਾ, ਇਹ ਲੜਾਈ ਤੇਰੀ ਨਹੀਂ ਹੈ, ਲੜਾਈ ਮੇਰੀ ਆ. The Lord said the battle is not yours, it's mine. ਤੁਹਾਡੀ ਘਰੇਲੂ ਸਮੱਸਿਆਵਾਂ ਦੀ ਲੜਾਈ ਮੇਰਾ ਰੱਬ ਲੜੂਗਾ. And even the battles that you are fighting in your own homes. ਤੁਹਾਡੀ ਹਰ ਸਮੱਸਿਆ ਦਾ ਹੱਲ ਮੇਰਾ ਖੁਦਾ ਕੱਢੂਗਾ. And every battle God will fight it. ਤੁਹਾਡੀ ਬਿਮਾਰੀ ਦਾ ਹੱਲ ਮੇਰਾ ਖੁਦਾ ਕਰੂਗਾ. And every sickness the Lord. ਤੁਹਾਡੀ ਗਰੀਬੀ ਤੇ ਲਾਚਾਰੀ ਦਾ ਹੱਲ ਮੇਰਾ ਖੁਦਾ ਕਰੂਗਾ. And even your poverty the Lord. ਤੁਹਾਡੀ business, ਤੁਹਾਡੀ job ਦਾ ਹੱਲ ਮੇਰਾ ਖੁਦਾ ਕਰੂਗਾ. And your business and your job God will deal with it. ਬਟ ਤੁਸੀਂ ਉਹਦੇ ਰਾਜ ਤੇ ਉਹਦੇ ਧਰਮ ਲਈ ਜ਼ੋਰ ਮਾਰਨਾ ਸ਼ੁਰੂ ਕਰ ਦਿਓ. Just be ready to work for the kingdom of God. ਤੁਸੀਂ ਉਹਦਾ ਕੰਮ ਕਰਨਾ ਸ਼ੁਰੂ ਕਰ ਦਿਓ. Start the work of the Lord. ਉਹ ਤੁਹਾਡੇ ਕੰਮ ਕਰਨਾ ਸ਼ੁਰੂ ਕਰ ਦਊਗਾ. He will start doing your work. ਦਾਨੀਅਲ ਪਰਮੇਸ਼ਰ ਦਾ ਕੰਮ ਕਰਦਾ ਸੀ. Daniel was doing the work of God. ਖੁਦਾ ਨੇ ਦਾਨੀਅਲ ਦਾ ਕੰਮ ਕਰ ਦਿੱਤਾ. And God did the work. ਸਦਰਕ, ਮੇਸ਼ਕ ਤੇ ਅਬਦਨਗੋ ਰੱਬ ਦੇ ਕੰਮ ਲਈ ਖੜੇ ਹੋ ਗਏ. And Shadrach, Meshach and Abednego, they stood for the Lord. ਖੁਦਾ ਉਹਨਾਂ ਦੀ ਤਰੱਕੀ ਲਈ ਖੜਾ ਹੋ ਗਿਆ. And God stood for them. ਯੂਸਫ ਨੇ ਦੁੱਖ ਕਸ਼ਟ ਝੱਲ ਕੇ ਖੁਦਾ ਦੇ ਵਚਨ ਨੂੰ ਪਹਿਲ ਦਿੱਤੀ. And Joseph also went through the trials and tribulations. ਖੁਦਾ ਨੇ ਉਹਦੇ ਲਈ ਰਾਜ ਬਹਾਲ ਕਰ ਦਿੱਤਾ. And God prepared the kingdom for him. ਅੱਜ ਤੁਹਾਡੇ ਲਈ ਵੀ ਸੇਮ ਵਚਨ ਹੈ. And the word is the same thing tonight. ਆਪਣੇ ਆਪ ਨੂੰ ਪ੍ਰਭੂ ਦੇ ਹੱਥ ਵਿੱਚ ਦਿਓ. Give yourselves to ਪ੍ਰਭੂ ਨੂੰ ਕਹੋ, ਪ੍ਰਭੂ ਮੈਂ ਤੇਰਾ ਮੰਦਿਰ ਬਣਨਾ ਚਾਹੁੰਦਾ ਹਾਂ. Tell the Lord. ਬੋਲੋ ਬੋਲੋ, ਪ੍ਰਭੂ ਮੈਂ ਤੇਰਾ ਮੰਦਿਰ ਬਣਨਾ ਚਾਹੁੰਦਾ ਹਾਂ. I want to be. ਪ੍ਰਭੂ ਯਿਸੂ ਮੈਨੂੰ ਆਪਣਾ ਮੰਦਿਰ ਬਣਾ ਲੈ. ਪ੍ਰਭੂ ਯਿਸੂ ਮੈਨੂੰ ਆਪਣਾ ਮੰਦਿਰ ਬਣਾ ਲੈ. ਪ੍ਰਭੂ ਯਿਸੂ ਮਸੀਹ ਮੈਨੂੰ ਆਪਣਾ ਮੰਦਿਰ ਬਣਾ ਲੈ. ਆਪਣੇ ਪਵਿੱਤਰ ਆਤਮਾ ਨੂੰ ਭੇਜ ਦੇ. ਆਪਣੇ ਪਵਿੱਤਰ ਆਤਮਾ ਨੂੰ ਭੇਜ ਦੇ. ਆਪਣੇ ਪਵਿੱਤਰ ਆਤਮਾ ਨੂੰ ਭੇਜ ਦੇ. ਮੈਨੂੰ ਆਪਣਾ ਮੰਦਿਰ ਬਣਾ ਪ੍ਰਭੂ. ਮੈਂ ਵੀ ਮੂਸਾ ਦੀ ਤਰ੍ਹਾਂ ਅੱਛੀ ਗਵਾਹੀ ਨਾਲ ਤੇਰੇ ਅੱਗੇ ਖੜਾ ਹੋ ਸਕਾਂ. ਮੈਂ ਵੀ ਅਬਰਾਹਮ ਦੀ ਗਵਾਹੀ ਦੀ ਤਰ੍ਹਾਂ ਤੇਰੇ ਅੱਗੇ ਖੜਾ ਹੋ
ਸਕਾਂ, ਮੈਂ ਵੀ ਆਯੂਬ ਦੀ ਗਵਾਹੀ ਤਰ੍ਹਾਂ ਤੇਰੇ ਅੱਗੇ ਖੜਾ ਹੋ ਸਕਾਂ, ਮੈਂ ਵੀ ਨੂਹ ਦੀ ਗਵਾਹੀ ਤਰ੍ਹਾਂ ਤੇਰੇ ਅੱਗੇ ਖੜਾ ਹੋ ਸਕਾਂ। ਹਾਂ ਮੇਰੇ ਪ੍ਰਭੂ ਜੀ, ਮੇਰੇ ਤੇ ਵੀ ਆਪਣਾ ਫਜ਼ਲ ਜ਼ਾਹਿਰ ਕਰ। ਥੈਂਕ ਯੂ ਲਾਰਡ ਜੀਸਸ, ਬਲੈਸ 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 ਬਲੈਸ। Holy Ghost, Holy Ghost, Holy Ghost, Holy Ghost, Holy Ghost, power, 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 ru, 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 ru. Pavitra Atma ji, aao, banao inanu, banao inanu, banao inanu, banao inanu. Yes, 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 yes. Welcome Holy Spirit. Pavitra Atma tera swagat hai. Fire, fire, fire. Prabhu, banao inanu apne bartan, banao inanu apne bartan. Right now, right now, right now, right now, right now. Aise samay Prabhu, tera pavitra Atma banave, tera pavitra Atma. ਪਿਆਰੇ ਅਜ਼ੀਜ਼ੋ, ਖੁਦਾ ਦਾ ਰੂਹ ਜੁਮਸ਼ ਕਰ ਰਿਹਾ, ਉਹਨੂੰ ਆਪਣੇ ਅੰਦਰ ਲੈ ਲਓ, ਆਪਣੇ ਹੱਥਾਂ ਨੂੰ ਖੋਲੋ, ਆਪਣੀ ਜ਼ੁਬਾਨ ਨੂੰ ਖੋਲੋ, ਬੋਲੋ ਬੋਲੋ ਬੋਲੋ, ਉਹਦਾ ਰੂਹ ਤੁਹਾਡੇ ਅੰਦਰ ਆਊਗਾ, ਤੁਹਾਨੂੰ ਬਣਾਊਗਾ। ਰਾਈਟ ਨਾਓ, ਇਸੇ ਸਮੇਂ, ਇਸੇ ਸਮੇਂ, ਇਸੇ ਸਮੇਂ ਖੁਦਾ ਦਾ ਰੂਹ ਤੁਹਾਡੀ ਜ਼ਿੰਦਗੀ 'ਚ ਕੰਮ ਕਰੂਗਾ, ਉਹਦਾ ਕੰਮ ਸ਼ੁਰੂ ਹੋ ਗਿਆ। ਵੈਲਕਮ ਹੋਲੀ ਸਪਿਰਿਟ, ਪਵਿੱਤਰ ਆਤਮਾ ਤੇਰਾ ਸਵਾਗਤ ਹੈ, ਪਵਿੱਤਰ ਆਤਮਾ ਤੇਰਾ ਸਵਾਗਤ ਹੈ, ਪਵਿੱਤਰ ਆਤਮਾ ਮੈਨੂੰ ਬਣਾ, ਕਿਉਂਕਿ ਤੈਨੂੰ ਮੇਰੀ ਮਦਦ ਲਈ ਭੇਜਿਆ ਹੈ। ਮੇਰੇ ਅਜ਼ੀਜ਼ੋ, ਬੋਲੋ ਤੇ ਦੁਆ ਕਰੋ। ਰੋਮੀ 8:26 ਵਚਨ ਵਿੱਚ ਲਿਖਿਆ ਗਿਆ ਹੈ, ਖੁਦਾ ਦਾ ਕਲਾਮ ਇਸ ਤਰ੍ਹਾਂ ਕਹਿੰਦਾ, ਤੁਹਾਡੀ ਨਿਰਬਲਤਾ ਵਿੱਚ ਤੁਹਾਡੀ ਸਹਾਇਤਾ ਕਰੂੰਗਾ। ਉਹ ਕਿਹੜੀ ਮਦਦ, ਕਿਹੜੀ ਸਹਾਇਤਾ ਕਰੂੰਗਾ? ਉਹ ਜਿਹੜਾ ਕੰਮ ਤੁਸੀਂ ਨਹੀਂ ਕਰ ਸਕਦੇ, ਖੁਦਾ ਦਾ ਉਹ ਕਰਕੇ ਦਿਖਾਊਗਾ। ਤੁਸੀਂ ਆਪਣੇ ਬੁਰੇ ਸੁਭਾਅ ਨੂੰ ਬਦਲ ਨਹੀਂ ਸਕਦੇ, ਰੋਵੋ, ਉਹ ਤੁਹਾਡੇ ਸੁਭਾਅ ਨੂੰ ਬਦਲ ਦੇਗਾ। ਤੁਹਾਡੀ, ਤੁਸੀਂ ਬੁਰੀਆਂ ਆਦਤਾਂ ਨੂੰ ਛੱਡ ਨਹੀਂ ਸਕਦੇ, ਖੁਦਾ ਦੇ ਅੱਗੇ ਰੋਵੋ, ਖੁਦਾ ਦਾ ਪਵਿੱਤਰ ਆਤਮਾ ਤੁਹਾਡੀ ਮਦਦ ਕਰੂਗਾ। ਉਹ ਤੁਹਾਨੂੰ ਨਿਰੋਲ ਬਣਾਊਗਾ, ਉਹ ਤੁਹਾਨੂੰ ਪਵਿੱਤਰ ਬਣਾਊਗਾ, ਉਹ ਤੁਹਾਨੂੰ ਸਵਰਗ ਦੇ ਰਾਜ ਦੇ ਲਈ ਤਿਆਰ ਕਰੂਗਾ। ਬੋਲੋ 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 ਬੋਲੋ। ਇਹ ਮੌਕਾ ਆ ਮੇਰੇ ਅਸੀਸੋ, ਇਹ ਮੌਕਾ ਆ, ਇਹ ਮੌਕਾ ਆ ਸਭ, ਇਹ ਮੌਕਾ